ਹਾਂ ਬਿਲਕੁਲ ਜੀ ਜਨਾਬ, ਮੈਂ ਇਸ ਤਰ੍ਹਾਂ ਦੇਸੀ ਐਕਸਪ੍ਰੈਸ ਪਰ ਮੌਜੂਦ ਹਾਂ ਜੀ, ਔਰ ਲੁਟਨ ਤੋਂ ਅਸਾਂ ਸਪੈਸ਼ਲ ਆਇਆ ਖਾਣਾ ਖਾਣਾ ਇਸ ਦਾ ਫਸਟ ਟਾਈਮ, ਔਰ ਯਕੀਨ ਕਰੋ ਮਜ਼ਾ ਆ ਗਿਆ ਜੀ। ਆਊਟ ਆਫ 10 ਇਹਨਾਂ ਕਿ 10 ਨੰਬਰ ਦਿੱਤੇ ਜਾ ਸਕਦੇ ਇਨਸ਼ਾਅੱਲਾ। ਇਹ ਤਵਾ ਹੈ ਜੀ, ਟਕਾ ਟਕ ਇਸ ਟਕਾ ਟਕ ਹੈ ਟਕਾ ਟਕ, ਇਹ ਮੈਂ ਟਰਾਈ ਕਰ ਲਗਾ ਤੇ ਸੋ ਤਕੜਾ ਆ। ਠੀਕ ਹੈ, ਵਿੱਚ ਰੱਖਣੇ ਹਾਂ ਜੀ ਇੱਥੇ। ਜੀ ਜਨਾਬ, ਇਹਨਾਂ ਕੀ ਰੱਖਣੇ ਹਾਂ ਜੀ ਇੱਥੇ ਆਸਤਾ ਜਿਹਾ ਪਿਆਰ ਨੇ ਨਾਲ, ਤਾਂ ਕਿ ਖਰਾਬ ਨਾ ਹੋ ਜਾਣ। ਆਦਲ ਇਕਬਾਲ ਦਾ ਤੁਸਾਂ ਤੱਕਣੇ ਹੋ ਜਿਹੜਾ ਨਾ ਲਾਲਾ ਜੀ ਵੀ ਲੋਕ ਸਰੇ ਆਮ ਅੱਜ ਕਿਤਨੇ ਬਾਇਰੋ ਜਨਾਬ ਸਪੈਸ਼ਲ ਆ ਸਕੀ। ਅੱਛਾ, ਕਿਤਨੇ ਮੈਂ ਹੀ ਬਾਇਆ ਕੋਈ ਯਕੀਨ ਮੰਨੋ ਸਰਪ੍ਰਾਈਜ਼ ਹੀ ਕੋਰਟ ਸੇ ਦੇਸਾ ਆਦਲ ਬਾਈ ਸਪੈਸ਼ਲੀ ਮੈਂ ਸਰਪ੍ਰਾਈਜ਼ ਬਹੁਤ ਬੜਾ ਸਰਪ੍ਰਾਈਜ਼ ਦਿੱਤਾ ਹੈ ਅੱਜ ਤੱਕ ਹੀ ਮੈਂ ਰਿਐਕਸ਼ਨਸ ਨਾਲ ਰਿਕਾਰਡ ਕਰਨਾ ਸੀ। ਅਸਾਂ ਪਲਾਨ ਕੁਝ ਹੋਰ ਬਣਾਇਆ ਸੀ, ਪਾਣੀ ਪੀਣੇ ਜੀ ਬਿਸਮਿਲ੍ਲਾ ਕਰੋ ਬਿਸਮਿਲ੍ਲਾ। ਇਹ ਜਨਾਬ ਅਲੀ ਆਬੇ ਜ਼ਮਜ਼ਮ ਹੈ ਮਾਸ਼ਾਅੱਲਾ ਇਹਨਾਂ ਖਲੀ ਤੇ ਪੀਣਾ ਚਾਹੀਦਾ ਮੈਂ ਜਾਂ ਬੇ ਤੇ ਕਿਬਲਾ ਕਿਧਰ ਹੈ ਖਾਲੀ ਕਿਆ ਆਖਣੇ ਲੇਕਿਨ ਕੁਝ ਆਖਣੇ ਅਗਰ ਬਹਿ ਕੇ ਪੀਓ ਤੇ ਕੁਝ ਆ ਇਸ ਤਰਫ ਇਧਰ ਸ਼ੁਕਰ ਹੈ ਜੋ ਨਸੀਬ ਹੈ ਇਹ ਇੱਥੇ ਮਤਲਬ ਟੈਕਸੀ ਕਰਨਾ ਔਰ ਇਹਨਾਂ ਕੀ ਅਸਾਂ ਦੱਸਿਆ ਕਿ ਇਸ ਜਗ੍ਹਾ ਮੌਜੂਦ ਆ ਤਾਂ ਫੌਰਨ ਜਿਹੜਾ ਮੁਲਾਕਾਤ ਹੋਈਗੀ ਕਿਉਂਕਿ ਇਹਨਾਂ ਕੀ ਏਰੀਆ ਨਾਲ ਨੌਲੇਜ ਆਇਆ। ਫੁੱਲ ਤਵਾ ਜੀ, ਇਹ ਫੁੱਲ ਤਵਾ ਇਸ ਦਾ ਨਾਂ ਹੈ ਜੀ, ਫੁੱਲ ਤਵਾ ਮਾਸ਼ਾਅੱਲਾ ਚੈੱਕ ਕਰੋ। ਜਿਸਲੇ ਮਿੱਟੀ ਨੇ ਭਾਂਡੇ ਹੋਣੇ ਸਨ ਤੇ ਇਹ ਜਨਾਬ ਜਿਹੜੇ ਕੱਚਾ ਨੇ ਭਾਂਡੇ ਤੇ ਜਿਹੜੇ ਗਲਾਸ ਇਹ ਵਗੈਰਾ ਨਹੀਂ ਸਨ ਹੋਣੇ ਸ਼ੀਸ਼ੇ ਨੇ, ਪਰ ਚਾਹ ਪੀਣੇ ਜਾਂ ਤਾਂ ਦੱਸਣੇ ਆ। ਮੈਂ ਕੁੱਟ ਭਰਿਆ ਸਾਨੂੰ ਮਾਰੀ ਉੱਡਿਆ ਨਹੀਂ ਮਨਾਈ ਨਾ, ਕੋਸ਼ਿਸ਼ ਕਰੋ ਤਾਂ ਸਾਰਾ ਕੁਝ ਹੋ ਜਾਣਾ। ਜ਼ਿੰਦਗੀ ਨਹੀਂ ਪਹਿਲੀ ਮੁਲਾਕਾਤ ਸੀ, ਇਸ ਯੂਕੇ ਨਹੀਂ ਮਸਰੂਫ ਤਰੀਨ ਜ਼ਿੰਦਗੀ 'ਚੋਂ ਟਾਈਮ ਕਰਨਾ ਸਭ ਤੋਂ ਬੜਾ ਮੁਸ਼ਕਿਲ ਕੰਮ ਹੈ ਜੀ, ਲੇਕਿਨ ਨਾ ਮੁਮਕਿਨ ਕੋਈ ਨਹੀਂ। ਅਲੀ ਬਾਈ ਕੋ ਆਖਰੀ ਪਰਮੈਸੇਜ ਦੇ ਜੁੜੋ। ਅਸਲਾਮ ਅਲੈਕੁਮ, ਮੈਂ ਆਦਲ ਇਕਬਾਲ, ਸੋ ਤੱਕਨੇ ਪਿਓ ਲਾਲਾ ਜੀ ਵਲੋਗਸ, ਮਾੜਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ। ਉਮੀਦ ਕਰਨਾ ਖੈਰੀਅਤ ਨਾਲ ਹੋਸੋ ਔਰ ਅੱਲਾਹ ਤਾਲਾ ਨੇ ਹਿਫਜ਼ ਓ ਅਮਾਨ ਵਿੱਚ ਹੋਸੋ। ਅੱਜ ਮੈਂ ਦੱਸਾਂ ਕਿ ਸੈਰ ਕਰਾਉਣੀ ਹੈ ਜੀ ਨੋਟੀਗਮ ਜਿਹੜਾ ਸਿਟੀ ਹੈ ਇਨਸ਼ਾਅੱਲਾ। ਆਪਣੇ ਦੋਸਤਾਂ ਨੇ ਇੱਕ ਬੜੇ ਪਿਆਰੇ ਦੋਸਤਾਂ ਔਰ ਯੂਟਿਊਬਰ ਵੀ ਹਨ ਅਲੀ ਬਾਈ, ਔਰ ਉਹ ਉਮਰਾ ਕਰੀ ਤਾਂ ਆਏ ਜੀ ਰੀਸੈਂਟਲੀ 2-3 ਦਿਨ ਪਹਿਲੇ, ਔਰ ਉਹਨਾਂ ਦੀ ਉਮਰੇ ਦੀ ਮੁਬਾਰਕਬਾਦ ਪੇਸ਼ ਕਰਨੀ ਹੈ। ਔਰ ਇੱਕ ਹੋਰ ਬੜੇ ਪਿਆਰੇ ਦੋਸਤਾਂ ਨੇ ਸਨ ਔਰ ਬੜੇ ਸੀਨੀਅਰ ਯੂਟਿਊਬਰ ਵੀ ਹਨ ਸਾਡੇ ਇਰਸ਼ਾਦ ਬਾਈ, ਉਹ ਮੈਨਚੈਸਟਰ ਓਲਡਮ ਤੋਂ ਅਸ਼ਨੈਨ ਭੇਜੀ ਇੱਥੇ ਨੋਟੀਗਮ ਵਿੱਚ, ਤਾਂ ਇੱਧਰੋਂ ਮੈਂ ਜਾ ਰਿਹਾ ਹਾਂ ਨੋਟੀਗਮ, ਸੋ ਅਸਾਂ ਦੀ ਮੁਲਾਕਾਤ ਹੋ ਸੀ ਉੱਥੇ ਅੱਜ, ਕਿਉਂਕਿ ਉਹਨਾਂ ਨਾਲ ਇੱਧਰ ਅਸ਼ਨਾ ਥੋੜ੍ਹਾ ਲੰਮਾ ਸਫ਼ਰ ਹੋਈ ਜਾਣਾ ਤਾਂ ਮਾੜਾ, ਇੱਥੋਂ ਬ੍ਰੈਡਫੋਰਡ ਜਾਂ ਮੈਨਚੈਸਟਰ ਜਾਂ ਓਲਡਮ ਜਾਣਾ ਕਾਫੀ ਟਾਈਮ ਲੱਗ ਜਾਣਾ, ਸੋ ਅਸਾਂ ਤੈਅ ਕੀਤਾ ਜੀ ਅਸਾਂ ਮੁਲਾਕਾਤ ਕਰਨੀ ਹੈ ਨੋਟੀਗਮ ਵਿੱਚ ਇਨਸ਼ਾਅੱਲਾ ਅਲੀ ਬਾਈ ਨੇ ਕੋਲ, ਤਾਂ ਉਹ ਮਿਡਲ ਵਿੱਚ ਰਹਿਣੇ ਆਲਮੋਸਟ, ਤਾਂ ਅਸਾਂ ਸੋਚਿਆ ਕਿ ਇਨਸ਼ਾਅੱਲਾ ਅਸਾਂ ਉੱਥੇ ਅੱਜ ਮਿਲਣਾ ਹੈ ਉਹਨਾਂ ਨਾਲ ਜੀ ਇਨਸ਼ਾਅੱਲਾ। ਠੀਕ ਹੈ, ਤੁਸੀਂ ਵੀਡੀਓ ਫੁੱਲੀ ਵਾਚ ਕਰਨੀ ਹੈ ਨਾਲ ਨਾਲ ਰਹਿਸੋ ਇਨਸ਼ਾਅੱਲਾ, ਮਜ਼ਾ ਆਏ ਸੀ। ਅੱਛਾ, ਇੰਟਰਸਟਿੰਗ ਚੀਜ਼ ਇਹ ਆ ਕਿ ਅਸਾਂ ਅਲੀ ਬਾਈ ਕੀ ਇਨਫੋਰਮ ਨਹੀਂ ਕੀਤਾ, ਇਰਸ਼ਾਦ ਬਾਈ ਕੀਤਾ ਜਿਹੜੇ ਉਧਰੋਂ ਆਏ ਰਹਿਣ, ਲੇਕਿਨ ਮੈਂ ਨਹੀਂ ਕੀਤਾ, ਤਾਂ ਮੈਂ ਸੋਚਿਆ ਕਿ ਮੈਂ ਉਹਨਾਂ ਕੀ ਉੱਥੇ ਜਾਈ ਤਾਂ ਬਾਸਾਂ, ਯਾਨੀ ਕਿ ਸਰਪ੍ਰਾਈਜ਼ ਕਰਨ ਦੀ ਕੋਸ਼ਿਸ਼ ਕਰਸਾਂ ਜੇ ਕਾਮਯਾਬ ਹੋਈ ਗਿਆ ਤਾਂ। ਬਾਕੀ ਮੌਸਮ ਬਿਹਤਰ ਹੈ ਜੀ ਅੱਜ, ਅਲਹਮਦੁਲਿਲਾ ਜ਼ਬਰਦਸਤ ਹੈ ਟੈਂਪਰੇਚਰ, ਤਾਂ ਠੀਕ ਹੈ ਜੁਲੇ ਹੁਣ ਆਈ ਜੋ ਫਿਰ ਲੰਮਾ ਸਫ਼ਰ ਹੈ, ਮਸੇ ਪਹੁੰਚਾਂ ਜੀ। ਜੀ ਜਨਾਬ, ਅਸਾਂ ਬਹਿ ਗਏ ਹਾਂ ਜੀ ਗੱਡੀ ਵਿੱਚ, ਅਲਹਮਦੁਲਿਲਾ ਸਫ਼ਰ ਸ਼ੁਰੂ ਕਰੀ ਕਹਿੰਦਾ ਆ ਅੱਲਾ ਦਾ ਨਾਂ ਕੀ ਨਹੀਂ ਦਾ, ਅਤੇ ਮਾੜੇ ਨਾਲ ਹਨ ਮਾੜੇ ਦੋਸਤ ਭਾਈ ਆਸਫ, ਅਤੇ ਇਹ ਡਰਾਈਵ ਕਰਨੇ ਭਾਈ ਜੀ, ਅਤੇ ਮੈਂ ਨਾਲ ਬੈਠੇ ਹਾਂ ਅੱਜ ਬਿਲਕੁਲ ਰਿਲੈਕਸ ਮਾਹੌਲ ਵਿੱਚ। ਅਸਲਾਮ ਅਲੈਕੁਮ ਸਰ, ਕੀ ਹਾਲ ਹੈ? ਠੀਕ ਹੋ, ਖਰੀਦ ਤਿਆਰ ਹੋ ਸਫ਼ਰ ਵਾਸਤੇ? ਹਾਂਜੀ, ਮੌਸਮ ਨੇ ਬਾਰਿਸ਼ ਕਿਆ ਆਣੇ, ਠੀਕ ਰਹੇ ਸੀ? ਠੀਕ ਹੀ ਹੈ, ਚਲੋ ਅੱਲਾ ਤਾਲਾ ਠੀਕ ਹੀ ਰੱਖਣ ਜੀ। ਅਤੇ ਚਲੋ ਕੰਪਨੀ ਆਇਆ ਜੀ ਜਾਣਾ, ਇਨਸ਼ਾਅੱਲਾ ਮਜ਼ਾ ਆਈ ਸੀ। ਔਰ ਬਾਕੀ ਅੱਗੇ ਤੁਸੀਂ ਜਿਸ ਤਰ੍ਹਾਂ ਕਿ ਮੈਂ ਦੱਸਿਆ ਅਲੀ ਬਾਈ ਐਂਡ ਆਪਣੇ ਇਰਸ਼ਾਦ ਬਾਈ ਹਨ, ਤਾਂ ਤੱਕਣੇ ਕੇ ਅੱਗੇ ਕਿਆ ਫਿਰ ਕਿਸ ਤਰ੍ਹਾਂ ਨਾ ਸਰਪ੍ਰਾਈਜ਼ ਬਣਨਾ ਬਣਨਾ ਵੀ ਆਏਗਾ ਨਹੀਂ, ਕੋਸ਼ਿਸ਼ ਕਰਨੀ ਹੈ। ਚਲੋ ਤਾਂ ਰਸੋ ਨਾਲੋ ਨਾਲ ਹੀ ਜੀ ਜਨਾਬ, ਬਾਕੀ ਚੈੱਕ ਕਰ ਸਕਦੇ ਹੋ ਤਾਂ ਤਕਰੀਬਨ 2 ਘੰਟੇ ਦਾ ਸਫ਼ਰ ਹੈ, ਔਰ M1 ਪਰ ਅਸਾਂ ਆਈ ਗਏ ਹਾਂ ਜੀ, ਜੰਕਸ਼ਨ 10 ਕ੍ਰੋਸ ਕਰਨੇ ਹਾਂ ਬੇ ਲੁਟਨ ਨਾਲ, ਤਾਂ ਬਾਕੀ ਇਨਸ਼ਾਅੱਲਾ ਆਲਮੋਸਟ 2 ਘੰਟੇ, ਅਗਰ ਰੋਡ ਵਰਕ ਹੋਇਆ ਤਾਂ ਇਸ ਤੋਂ ਜ਼ਿਆਦਾ ਵੀ ਲੈ ਸਕਣਾ। ਵੈਸੇ ਇਹ ਤਾਂ ਬਿਲਕੁਲ ਰਸਤਾ ਕਲੀਅਰ ਹੀ ਦੱਸਣਾ ਪਿਆ, ਪਰ ਚਲੋ ਇਨਸ਼ਾਅੱਲਾ ਸਫ਼ਰ ਜਾਰੀ ਹੈ ਜੀ। ਮੌਸਮ ਬੜਾ ਪਿਆਰਾ ਜੀ ਮਾਸ਼ਾਅੱਲਾ ਜਨਾਬ। ਜੀ ਜਨਾਬ, ਅਸਾਂ ਨੋਟੀਗਮ ਨੇ ਵਿੱਚ ਆਲਮੋਸਟ ਇੰਟਰ ਹੋਣੇ ਪਏ ਹਾਂ ਜੀ,
ਆ ਦੇਖੀ ਸਕਦੇ ਹੋ ਔਰ ਵੈਦਰ ਹੈ ਜਿਹੜਾ ਕਲਾਉਡੀ ਹੋਈ ਗਿਆ ਥੋੜ੍ਹਾ ਚੜ੍ਹ ਪਈ ਗਈ ਬਾਰਿਸ਼ ਦਾ ਇਮਕਾਨਾਤ ਜ਼ਿਆਦਾ ਹੋਈ ਗਏ ਮਗਰ ਨਾਲ ਨਾਲ ਧੁੱਪ ਵੀ ਆਈ ਜਾਣੀ ਹੈ ਬਸ ਮਿਕਸ ਹੀ ਖਾਤਾ ਚੱਲਣਾ ਪਿਆ ਆ ਤਾਂ ਖੈਰ ਸਫ਼ਰ ਸਾਡਾ ਥੋੜ੍ਹਾ ਹੀ ਰਹਿਣਾ ਦੱਸੋ ਜੀ ਨੈਵੀਗੇਸ਼ਨ ਕਿਤਨਾ ਦੱਸਣਾ ਤਕਰੀਬਨ 14 ਮਾਈਲ ਲੈਣਾ ਜੀ ਬਾਕੀ ਕੁਦਰ ਗਿਆ ਹੈ ਤੱਕ ਚੈੱਕ ਕਰ ਸਕਦੇ ਹੋ 5 ਮਿੰਟ ਨਾਲ ਸਫ਼ਰ ਬਾਕੀ ਹੈ ਟ੍ਰੈਫਿਕ ਇਤਨੀ ਕੋਈ ਨਹੀਂ ਕਿਉਂਕਿ ਅਸਾਂ ਟਾਈਮ ਨਾਲ ਨਿਕਲੀ ਆਏ ਹਾਂ ਔਰ ਸੰਡੇ ਨਾਲ ਦਿਨ ਅੱਜ ਸਾਰੀ ਗੱਲ ਹੈ ਤਾਂ ਖੈਰ ਪਹੁੰਚਣੇ ਲਏ ਹਾਂ ਚਲੋ ਫਿਰ ਇਨਸ਼ਾਅੱਲਾ ਮਿਲਣੇ ਅੱਗੇ ਜੀ ਜਨਾਬ ਅਸਾਂ ਪਹੁੰਚੇ ਆਏ ਹਾਂ ਜੀ ਨੋਟਿੰਗਹਮ ਦੇ ਵਿੱਚ ਔਰ ਇਸੋਂ ਤਾਂ ਕਿਸ ਸਕਦੇ ਹੋ ਸ਼ੋਪਸ ਵਗੈਰਾ ਇੱਥੋਂ ਅਸਾਂ ਅਲੀ ਬਾਈ ਵਾਸਤੇ ਔਰ ਇਰਸ਼ਾਦ ਬਾਈ ਵਾਸਤੇ ਕੋਈ ਜਿਸ ਜਾਣਿਆਂ ਨਾਲ ਮੂੰਹ ਮਿੱਠਾ ਕਰਾਉਣ ਲਈ ਚੀਜ਼ ਕਿੰਨੀ ਹੈ ਕਿਉਂਕਿ ਦੋਵੇਂ ਮਾਸ਼ਾਅੱਲਾ ਉਮਰਾ ਕਰੀ ਤਾਂ ਇਹਨੂੰ ਦੱਸਿਆ ਸੀ ਅਲੀ ਬਾਈ ਤਾਂ ਰੀਸੈਂਟਲੀ ਉਮਰਾ ਕੀਤਾ ਨੇ ਔਰ ਇਰਸ਼ਾਦ ਬਾਈ ਕੋਈ ਮਾੜਾ ਲਈ 2-3 ਮਹੀਨੇ ਪਹਿਲੇ ਉਹਨਾਂ ਵੀ ਉਮਰੇ ਦੀ ਸਾਦਤ ਜਿਹੜਾ ਨਾ ਉਹਨਾਂ ਦੀ ਨਸੀਬ ਹੋਈ ਹੈ ਤਾਂ ਚਲੋ ਉਹਨਾਂ ਨਾਲ ਵੀ ਮੁਲਾਕਾਤ ਹੋ ਸੀ ਤਾਂ ਉਹਨਾਂ ਵਾਸਤੇ ਕੋਈ ਇੱਥੋਂ ਮਿੱਠੀ ਚੀਜ਼ ਕਿ ਇਨਸਾਨ ਜੀ ਇਨਸ਼ਾਅੱਲਾ ਫਿਰ ਅੱਗੇ ਜੁਲਦੇ ਹਾਂ ਤੁਸੀਂ ਠੀਕ ਹੈ ਐ ਤੱਕ ਹੀ ਸਕਦੇ ਹੋ ਚਾਹ ਵਾਲਾ ਕੈਮਰੇ ਨਾਲ ਰੁਕ ਮੈਂ ਦੂਜੀ ਤਰਫ ਕਰਨਾ ਚਲੋ ਜੀ ਜਨਾਬ ਤਾਂ ਤੱਕ ਹੀ ਸਕਦੇ ਹੋ ਜੀ ਸ਼ੋਪਸ ਕੁਝ ਤਾਂ ਬੰਦ ਹਨ ਔਰ ਕੁਝ ਹਨ ਜਿਹੜੀਆਂ ਉਹ ਓਪਨ ਹੋਈਆਂ ਚਾਹ ਵਾਲਾ ਹੋ ਗਿਆ ਜੀ ਉਸ ਤੋਂ ਬਾਅਦ ਰਾਜੋੜੀ ਫੈਸ਼ਨ ਇਹ ਭਾਈ ਹੋਰ ਸਾਡੇ ਨਾਲ ਹਨ ਜੀ ਮਾਸ਼ਾਅੱਲਾ ਕੀ ਵਜ੍ਹਾ ਜੀ ਕਿਉਂ ਖੁੱਡੇ ਟੁਰਨੇ ਹੋ ਜ਼ਮ ਜ਼ਮ ਸਵੀਟਸ ਹੈ ਇਹ ਸ਼ੋਪ ਹੈ ਜੀ ਪਤਾ ਕਰਨੇ ਹੈ ਕਿ ਇੰਨਾ ਇੱਥੇ ਕਿਆ ਕੁਝ ਰੱਖੇ ਆ ਵੈ ਮਾਸ਼ਾਅੱਲਾ ਜੀ ਜਨਾਬ ਅਸਾਂ ਔਡਰ ਕੀਤੀ ਹੈ ਜੀ ਮਿਠਾਈ ਭਾਈ ਹੋਰ ਬਣਨ 'ਤੇ ਤੱਕੀ ਸਕਦੇ ਹੋ ਇਹ ਬਾਕੀ ਬੇਕਰੀ ਦਾ ਸਮਾਨ ਵਗੈਰਾ ਅੱਛਾ ਜੀ ਜਲੇਬੀ ਵੀ ਡਾਲਦੇ ਚੈੱਕ ਵਗੈਰਾ ਵੀ ਕਰਦੇ ਜੀ ਯਹਾਂ ਪੇ ਜੀ ਜਨਾਬ ਉਹ ਬੈਗ ਤਿਆਰ ਹੋ ਗਿਆ ਜੀ ਠੀਕ ਹੈ ਜੀ ਰੈਡੀ ਹੋ ਗਿਆ ਸਾਡਾ ਔਡਰ ਜੀ ਜਨਾਬ ਇੱਥੇ ਜੀ ਅਸਾਂ ਕਹਿੰਦੀ ਹੈ ਸਵੀਟ ਕਹਿੰਦੀ ਹੈ ਤਾਂ ਉਹ ਆਉਣਾ ਕਿ ਅਸਾਂ ਕਾਰਡ ਨਾ ਕਹਿੰਦੇ ਖਾਲੀ ਕੈਸ਼ ਕਹਿੰਦੇ ਹਾਂ ਸੋ ਹੁਣ ਮੈਂ ਜਾ ਰਿਹਾ ਕਿ ਕੈਸ਼ ਮਸ਼ੀਨ ਹੈ ਪਰ ਕੈਸ਼ ਕਰਨ ਵਾਸਤੇ ਤਾਂ ਫਿਰ ਇੱਥੋਂ ਚਾਹਣੇ ਹਾਂ ਤਾਂ ਅੱਗੇ ਜੁਲਨੇ ਹਾਂ ਅਲੀ ਬਾਈ ਕੋਲ ਬਾਕੀ ਇਹ ਚੈੱਕ ਕਰ ਸਕਦੇ ਹੋ ਜੀ ਟ੍ਰੈਫਿਕ ਨਹੀਂ ਕਿਆ ਸੂਰਤ ਹਾਲ ਹੈ ਔਰ ਵੈਦਰ ਜਿਹੜਾ ਕਾਫੀ ਕਲਾਉਡੀ ਹੋਇਆ ਇਸ ਵੇਲੇ ਨੋਟਿੰਗਹਮ ਵਿੱਚ ਮੌਜੂਦ ਹਾਂ ਖੈਬਰ ਗ੍ਰਿਲ ਔਰ ਪੋਸਟ ਆਫਿਸ ਹੈ ਜੀ ਇੱਥੋਂ ਕੈਸ਼ ਕਰਨੇ ਹਾਂ ਜੀ ਜਨਾਬ ਕੈਸ਼ ਨਿਕਲੀ ਆਈ ਹੈ ਜੀ ਤਾਂ ਹੁਣ ਛੁੱਕਣੇ ਹਾਂ ਆਪਣੀ ਇੱਥੋਂ ਸਵੀਟ ਤਾਂ ਫਿਰ ਜੁਲਦੇ ਹਾਂ ਤੁਸੀਂ ਅੱਗੇ ਵਿੱਚ ਰੱਖਣੇ ਹਾਂ ਜੀ ਇੱਥੇ ਜੀ ਜਨਾਬ ਅਸਾਂ ਇੱਥੇ ਐਸਡਾ ਨਿਕਾਰ ਪਾਰਕ ਹੈ ਜੀ ਇਸ ਨੇ ਗੱਡੀ ਪਾਰਕ ਕੀਤੀ ਹੈ ਹੁਣ ਜੁਲੇ ਹਾਂ ਇੱਥੇ ਅੰਦਰ ਇੱਥੋਂ ਚੀਜ਼ ਜਾਣੀ ਹੈ ਫਿਰ ਟਾਈਮ ਬਿਲਕੁਲ ਜਿਸ ਕਹਿਣਾ ਕਿ ਨਜ਼ਦੀਕ ਲੱਗੇ ਆ ਤਾਂ ਇਨਸ਼ਾਅੱਲਾ ਫਿਰ ਸਾਨੂੰ ਮੁਲਾਕਾਤ ਕਰਵਾਉਣੇ ਆ ਅਲੀ ਬਾਈ ਨਾਲ ਔਰ ਇਰਸ਼ਾਦ ਬਾਈ ਨਾਲ ਜਿਹੜੇ ਕਿ ਮੈਨਚੈਸਟਰ ਤੋਂ ਆਈ ਰਹੇ ਪਹੁੰਚਣੇ ਲਓ ਸਾਨੂੰ ਇਨਸ਼ਾਅੱਲਾ ਚੈੱਕ ਕਰੋ ਜੀ ਨੋਟਿੰਗਹਮ ਵਿੱਚ ਇਸ ਵੇਲੇ ਮੌਜੂਦ ਹਾਂ ਅਸਾਂ ਔਰ ਇੱਥੇ ਨਾ ਐਸਡਾ ਨੀ ਪਾਰਕਿੰਗ ਕਾਫੀ ਬੜੀ ਸਪੇਸ ਹੈ ਨੇ ਜੁਲਨੇ ਜੀ ਅੰਦਰ ਹੁਣ ਫਟਾਫਟ ਜਾਣੇ ਆਪਣੀ ਚੀਜ਼ ਜਿਹੜੀ ਕਿੰਨੀ ਹੈ ਅੱਛਾ ਜੀ ਅਸਾਂ ਇੰਨੇ ਜੀ ਇੱਥੋਂ ਫਲਾਵਰਸ ਮਾੜੇ ਹਾਲਾਤ 'ਚ ਇਹ ਨੋ ਇੰਟਰੀ ਹੈ ਇਸ ਪਾਸੋਂ ਜੁਲਾਂ ਪਿਛੇ ਅਗਰ ਇਸ ਪੂਰੇ ਕਿ ਅਸਾਂ ਐਕਸਪਲੋਰ ਕੀਤਾ ਤਾਂ ਵੀਡੀਓ ਬਹੁਤ ਲੰਮੀ ਹੋ ਜਾ ਸੀ ਬਹਰਹਾਲ ਜੀ ਅਸੀਂ ਜਿਹੜਾ ਉੱਚਾਈ ਨਾ ਉਹ ਲੱਭੀ ਗਿਆ
ਵੈਸੇ ਮੈਂ ਸ਼ੋਪਿੰਗ ਔਰ ਖਰੀਦਦਾਰੀ ਨੇ ਲਿਹਾਜ਼ ਨਾਲ ਬੜਾ ਜਿਸ ਕਹਿਣ ਕਿ ਐਕਸਪੀਰੀਅੰਸ ਕੋ ਨਹੀਂ ਬਾਰਾ ਲਾਏ ਮੈਂ ਪਸੰਦ ਕੀਤੇ ਚੈੱਕ ਕਰਾਉਣ ਵਾਲਾ ਇਹਦਾ ਬੇਸ਼ੁਮਾਰ ਹੈ ਹੋਰ ਵੀ ਅੱਛਾ ਜੀ ਆਪ ਹੀ ਕਰਨੇ ਇੱਥੇ ਪੇਮੈਂਟ ਫਿਰ ਜੁਲਨੇ ਅੱਗੇ ਜੀ ਜਨਾਬ ਫੁੱਲ ਹੋ ਗਏ ਜੀ ਮਾਸ਼ਾਅੱਲਾ ਮਜ਼ੇ ਮਜ਼ੇ ਨਹੀਂ ਤਾਜ਼ੀਆਂ ਖੁਸ਼ਬੋ ਜਨਾਬ ਵਾਲੀ ਇਹ ਫਾਰਮਸੀ ਹੈ ਜੀ ਇਹਨਾਂ ਦੀ ਬਹਰਹਾਲ ਕਾਫੀ ਬੜਾ ਹੈ ਲੇਕਿਨ ਅਸਾਂ ਸਾਰੇ ਕਿ ਨਹੀਂ ਤਕੜਾਂ ਅੱਜ ਟਾਈਮ ਸ਼ੋਰਟ ਹੈ ਅਤੇ ਹਾਲੇ ਲੰਮਾ ਸਫ਼ਰ ਆ ਗਿਆ ਵਾਪਸ ਜਾਣੇ ਹੈ ਜੀ ਹੁਣ ਗੱਡੀ ਵਿੱਚ ਜੀ ਜਨਾਬ ਇਹਨਾਂ ਕੀ ਰੱਖਣੇ ਜੀ ਇੱਥੇ ਆਸਤਾ ਜਿਹਾ ਪਿਆਰ ਨੇ ਨਾਲ ਤਾਂ ਕਿ ਖਰਾਬ ਨਾ ਹੋ ਜਾਣ ਜੀ ਜਨਾਬ ਅਸਾਂ ਪਾਰਕਾਂ ਵਿੱਚ ਆਏ ਹਾਂ ਜੀ ਥੋੜ੍ਹੀ ਦੇਰ ਵਾਸਤੇ ਫਰੈਸ਼ ਹਵਾ ਕਿੰਨੇ ਵਾਸਤੇ ਔਰ ਮਾਸ਼ਾਅੱਲਾ ਮੌਸਮ ਬੜਾ ਪਿਆਰਾ ਮੌਸਮ ਹੈ ਬਸ ਹਾਲੇ ਬਾਰਿਸ਼ ਦਾ ਇੰਤਜ਼ਾਰ ਹੀ ਹੈ ਬਾਰਿਸ਼ ਹਾਲੇ ਸ਼ੁਰੂ ਨਹੀਂ ਹੋਈ ਇਹ ਪਾਰਕ ਚੈੱਕ ਕਰੋ ਪਲੇ ਏਰੀਆ ਬੱਚਿਆਂ ਵਾਸਤੇ ਵੀ ਆਈਸਕ੍ਰੀਮ ਵੈਨ ਖਲਤੀ ਹੈ ਜੀ ਔਰ ਇਹ ਸਾਹਮਣੇ ਸੋ ਤੱਕ ਸਕਦੇ ਹੋ ਕਿ ਬੱਚੇ ਆਪਣੀ ਮੌਜ ਮਸਤੀ ਵਿੱਚ ਲੱਗੇ ਹੋਏ ਤਾਂ ਇਹ ਸਾਹਮਣੇ ਵਾਲਾ ਵਿਊ ਚੈੱਕ ਕਰੋ ਜੀ ਕਿੰਨਾ ਪਿਆਰਾ ਲੱਗਣਾ ਮਾਸ਼ਾਅੱਲਾ ਅੱਛਾ ਇਸ ਪਾਰਕ ਵਿੱਚ ਚੂੰਕਿ ਹਾਲੇ ਇਰਸ਼ਾਦ ਬਾਈ ਜਿਹੜੇ ਮਾੜੇ ਦੋਸਤ ਹਨ ਅਸ਼ਨੈਨ ਪੇ ਮੈਨਚੈਸਟਰ ਤੋਂ ਓਲਡਮ ਤੋਂ ਉਹਨਾਂ ਕੀ ਥੋੜ੍ਹਾ ਟਾਈਮ ਲੱਗ ਸੀ ਰਾਬਤਾ ਹੋਇਆ ਆ ਉਹ ਥੋੜ੍ਹੇ ਜਿਹੇ ਲੇਟ ਹਨ ਤਾਂ ਚੂੰਕਿ ਅਲੀ ਬਾਈ ਕਿ ਅਸਾਂ ਇਕੱਠਿਆਂ ਹੀ ਮਿਲਣਾ ਆ ਤਾਂ ਮੈਂ ਅਲੀ ਬਾਈ ਕਿ ਬਾਈ ਵੀ ਕੋਈ ਨਹੀਂ ਕਿ ਮੈਂ ਇਸ਼ਨਾ ਪਿਆ ਹਾਂ ਸੋ ਮੈਂ ਨਾ ਉਹਨਾਂ ਨਾਲ ਹੀ ਜਾ ਸਾਂ ਜ਼ਾਹਿਰ ਤਾਂ ਕਿ ਉਹਨਾਂ ਕੀ ਉਹ ਸਰਪ੍ਰਾਈਜ਼ ਹੋ ਜਾ ਸਨ ਅਤੇ ਚੂੰਕਿ ਉਹਨਾਂ ਨਾਲ ਉਹ ਇੰਤਜ਼ਾਰ ਕਰਨੇ ਪਏ ਅਲੀ ਬਾਈ ਇੰਤਜ਼ਾਰ ਕਰਨੇ ਪਏ ਇਰਸ਼ਾਦ ਬਾਈ ਨਾਲ ਕਿ ਉਹ ਆਏ ਰਹਿਣ ਮਾੜਾ ਉਹਨੇ ਕੋਈ ਨਹੀਂ ਪਤਾ ਬਾਹਰ ਵਾਲਾ ਸਾਂ ਇੱਥੇ ਥੋੜ੍ਹੀ ਦੇਰ ਉਹ 10 ਮਿੰਟ ਬ੍ਰੇਕ ਹਿੰਦੀ ਹੈ ਹਵਾ ਲਵਾਉਣੇ ਪਏ ਆ ਮਜ਼ੇ ਨਾਲ ਅਤੇ ਤਦ ਤੱਕ ਇਰਸ਼ਾਦ ਬਾਈ ਆਈ ਜਾ ਸਨ ਫਿਰ ਅਸਾਂ ਅੱਗੇ ਜੁਲਣਾ ਜੀ ਅਲੀ ਬਾਈ ਕੋਲ ਜੀ ਜਨਾਬ ਅਲੀ ਅਸਾਂ ਪਹੁੰਚੇ ਆਏ ਹਾਂ ਜੀ ਇਹ ਗੱਡੀ 'ਚ ਬੈਠੇ ਹਾਂ ਵੇਟ ਕਰਨੇ ਪਏ ਹਾਂ ਕੁਛ ਨਾਲ ਆ ਇਰਸ਼ਾਦ ਬਾਈ ਨਾਲ ਔਰ ਅਲੀ ਬਾਈ ਨੇ ਰਿਆਸ਼ ਨੇ ਬਾਹਰ ਮੌਜੂਦ ਹਾਂ ਇਹ ਕਰੀਮੀਆ ਮਸਜਿਦ ਨਾਲ ਬੋਰਡ ਸੰਗ ਸਾਹਮਣੇ ਨਜ਼ਰ ਰੱਖਣਾ ਪਿਆ ਸੀ ਇੱਥੇ ਉਹਨਾਂ ਨਾਲ ਫਲੈਟ ਹੈ ਜਾਂ ਰਿਆਸ਼ ਹੈ ਇਹ ਪਤਾ ਆ ਇਤਨੀ ਅਸਾਂ ਕਿ ਜੜਾਂ ਨੂੰ ਮਲੂਮਾਤ ਮਿਲੀ ਹੈ ਖੈਰ ਅਸਾਂ ਅਜੇ ਨੌਕ ਨਹੀਂ ਕੀਤਾ ਡੋਰ ਤਾਂ ਇਰਸ਼ਾਦ ਬਾਈ ਅੱਛਾ ਦਫ਼ਾ ਗੱਠੀਆਂ ਜੁਲਨੇ ਅੰਦਰ ਹੀ ਬਿਸਮਿਲ੍ਲਾ 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 ਤੁਸੀਂ ਅੱਜ ਤੱਕ ਹੋ ਨਹੀਂ ਫਰੀ ਵਾਲੇਕੁਮ ਸਲਾਮ ਕਰੀਏ ਤਾਂ ਠੀਕ ਹੋ ਤੁਸੀਂ ਠੀਕ ਹੋ ਅਲਹਮਦੁਲਿਲਾ ਅੱਛਾ ਅਲੀ ਬਾਈ ਕੀ ਕਾਲ ਕਰਦਾ ਬੁਨ ਟਾਲ ਸੋ ਆ ਇਹ ਖੋਲੋ ਨਾ ਜੀ ਮੈਂ ਵੀ ਕੱਢਾਂ ਠੀਕ ਨੇ ਅਲਹਮਦੁਲਿਲਾ ਜੀ ਜਨਾਬ ਮੁਲਾਕਾਤ ਕੀਤੀ ਹੈ ਤੁਸੀਂ ਇਰਸ਼ਾਦ ਬਾਈ ਨਾਲ ਤਾਂ ਹੁਣ ਅਸਾਂ ਅਲੀ ਬਾਈ ਕੀ ਫੋਨ ਕਰਨੇ ਬਹੁਤ ਨਾਈਸ ਰਿਸੀਵ ਕਰ ਸਨ ਅਸੀਂ ਜੀ ਹੋਰ ਸਫ਼ਰ ਠੀਕ ਰਿਹਾ ਠੀਕ ਜੀ ਅਲਹਮਦੁਲਿਲਾ ਅਸਾਂ ਕੀ ਕਾਫੀ ਆਈ ਥਿੰਕ ਸਾਂ ਕੋਲੋਂ ਘੰਟਾ ਪਹਿਲੇ ਅਸਾਂ ਪਹੁੰਚੇ ਆ ਸਾਂ ਲੇਕਿਨ ਚੂੰਕਿ ਤੁਸੀਂ ਵੇਟ ਕੀਤਾ ਆ ਇੰਤਜ਼ਾਰ ਕੀਤਾ ਪਾਰਕ ਚ ਗਏ ਹੋ ਜਾਂ ਕਿਤੇ ਟਾਈਮ ਗਏ ਨਹੀਂ ਇੱਥੇ ਥੋੜਾ ਟਾਈਮ ਸਪੈਂਡ ਕੀਤਾ ਆ ਕੋਈ ਬਸ ਅੱਛਾ ਟਾਈਮ ਪਾਸ ਕੀਤਾ ਬੇਸਿਕਲੀ ਨਾ ਠੀਕ ਹੈ ਹਾਂ ਤੇ ਕਿਹਦਾ ਸਫ਼ਰ ਰਿਹਾ ਤੁਹਾਨੂੰ ਅਲਹਮਦੁਲਿਲਾ ਮਾਸ਼ਾਅੱਲਾ ਕਿੰਨੀ ਦੇਰ ਲੱਗੀ ਹੈ ਦੋ ਘੰਟੇ ਤੋਂ ਜ਼ਿਆਦਾ ਹੀ ਲੱਗੇ ਉਸ ਨੂੰ ਅੱਛਾ ਦੋ ਤੋਂ ਜ਼ਿਆਦਾ ਲੱਗੇ ਰਸਤੇ ਵਿੱਚ ਰੁਕੇ ਵੀ ਆਏ ਨੇ ਸੋ ਜਾਂਦੇ ਅੱਛਾ 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 ਤਾਂ ਅਲੀ ਬਾਈ ਕੀ ਮਾੜਾ ਤਾਂ ਕੋਈ ਨਹੀਂ ਪਤਾ ਸਰਪ੍ਰਾਈਜ਼ ਹੋ ਜਾ ਸਕਦਾ ਨਾ ਚਲੋ ਜੀ ਤੱਕਣੇ ਅਲੀ ਬਾਈ ਨਾਲ ਰਿਐਕਸ਼ਨ ਅੱਛਾ ਅਲੀ ਬਾਈ ਇਸ ਤਰ੍ਹਾਂ ਦਾ ਉਹਨਾਂ ਕੀ ਰਿਕਾਰਡ ਕਰਨਾ ਸਹੀ ਕਰਦੇ ਤੁਸੀਂ ਠੀਕ ਹੈ ਨਾ ਹਾਂ ਤੁਹਾਨੂੰ ਦੱਸਿਆ ਨਾ ਬੋਨਸ ਵਾਸਤੇ ਜੀ ਜੀ ਦੱਸਿਆ ਨਾ 143 ਨੰਬਰ ਦੱਸਿਆ ਜੀ ਜੀ ਚਲੋ ਜੀ ਮੌਸਮ ਵੈਸੇ ਕਲਾਉਡੀ ਹੋਇਆ ਜੀ ਜੀ ਜੇ ਬਾਰਿਸ਼ ਨਾ ਸ਼ੁਰੂ ਹੋਈ ਗਈ ਤਾਂ ਅੱਛਾ ਦੇ ਅੱਛਾ ਦੇ ਸਟਾਪ ਕਰੀ ਜੋੜੋ ਮੈਂ ਮੁਬਾਰਕਾਂ ਹੋਣ ਜਨਾਬ ਜਨਾਬ ਇਹ ਤੁਸਾਂ ਵਾਸਤੇ ਆ
उम्रा मुबारक बहुत शुक्रिया ते इस साजी तुसा वास्ते जजाकल्ला इरशाद भाई उम्रा से दसया सी ने मैं वीडियो ने बिगनिंग च के 3 महीने हो गए सुन अजी तकरीबन 4-5 महीने हो गए 4-5 महीने हो गए जी इना की ए सादत हासिल हुई है माशाल्लाह अली भाई रिसेंटली उम्रा करता है ठीक है जनाब खुशी दे ए मुंह मीठा करासा जनाब अली बड़ा चलो रिपोर्ट की ए तुसा ना ते इरशाद भाई जजाकल्ला इतना बैठा गड्डी रखी किने बहुत शुक्रिया जनाब पहली मुलाकात नाजरीन आदल इकबाल दा तुसां तक नहीं हो जड़ा ना लाला जी वे लोग ते आज मुलाकात पर्दे ने पीछे नहीं हो लगी सामने हो सी आज कितने स्पेशल आ सकी अच्छा कितने सरप्राइज ही कोर्ट से दसा है मुलाकात कितने अरसे बाद हुई है ये हुन दसा या बाद च ए थोड़ी डिटेल नाल गल अगर अंदर जुली ता या आगे पीछे ठीक है नाजरीन आज बड़ी दिलचस्प वीडियो सी ते जुल्ले नाश्ता करने ठीक है ठीक है फिर आ गया जनाब चलो ठीक है ना जिस तरह जी ठीक है ये रखो अंदर ए आसफ भाई ए मुंह मीठा कर ए तुसा दारे तुसा मुंह मीठा कर सो मैं असल जल्दी मैं उमरा को निकाल है उमरे जासा फिर देर ए नाजरीन के दसा ना मुलाकात कितने अरसे बाद हुई है उस कुछ आसफ भाई ठीक है आसफ भाई भी चलो नाल आए मुलाकात हुई है बहुत बहुत शुक्रिया जनाब बड़े दूरों आए हैं आदिल भाई स्पेशली मैं सरप्राइज बहुत बड़ा सरप्राइज दिता है मैं रिएक्शन रिकॉर्ड करना सी असन प्लान कुछ और बनाया सी प्रैंक टाइप ना लेकिन उस तरह हो ही नहीं सकया सिचुएशन मुताबिक बाकी छोटा जा तारफ ए इरशाद भाई जिस तरह के मैं पहले दसया सी ओल्डम मैनचेस्टर तो सफर करी तो नोटिकम में मौजूद हाँ अली भाई ने रिहाश पर ए अली भाई हैं और ये इतने रहने इन्हों को आए हैं इन्हें रिसेंटली माशाल्लाह उमरा किया और इरशाद भाई नाल फर्स्ट मुलाकात है माड़ी जिंदगी ने पहली मुलाकात समझी गिनो और असं व्हाट्सएप पर या वैसे असं कॉन्टैक्ट रबते रहे हैं लेकिन बड़ा मैं जिस कहना एक्साइटेड सा कि इन्होंने मुलाकात हुआ है बहुत शुक्रिया जनाब तो को इतने जज्बात चाहिए गया सा आके अंदर दसा से चलो ही चलो अंदर मैं देना होया बाकी इंशाल्लाह वाला चलो भाई जो जी चला जरा सही गल है रिमोट छोटा जा ना माशाल्लाह और रिमोट वो जड़ा पानी टटा सी जी आ जाओ भाई ठीक हो गया जी अली भाई सब तो पहले जनाब की मुबारकबाद अल्लाह ताला ना उस धरती पर रोहित आए हो जिथे हर बंदे की ख्वाहिश होनी है जाने की और वो जड़ा ना सादत हासिल करने की अल्लाह ताला से नसीब फरमाया सब तो पहले दिल नी अथाह गहराइया नाल मुबारकबाद जनाब की और उस तो बाद इरशाद भाई तुसा की भी तुसा की मुबारकबाद थोड़ी लेट ही हुई सी पेंडिंग सी बहरहाल अज मुलाकात हुई है बहुत खुशी हुई है और तुसा की भी मुबारकबाद सा उमरा उमरा ने सादत हासिल की सी खैर मुबारक जी ते अल्लाह ताला सारे के नसीब फरमान जी आमीन बहुत शुक्रिया तुसा ना सबसे पहले जनाब बड़े दूरों तुसा कोई नहीं स्पेशली जनाब मिलने वास्ते आए मैं ना के बहुत ही किस्म की सादत नहीं कर रही असल में कोशिश करो ता कोई भी काम है ना तो कोशिश ना लोना रात अल्लाह मैं ना के किस्म ना सरप्राइज हो गया सरप्राइज बहुत जबरदस्त सरप्राइज देता है माशाल्लाह मैं एक्चुअली गया सी निकलता हूं मैं देखा मैं गड्डी मेरी रेड कलर ही नजर आई तो शक्ल मेरे मैं क्या शायद पहचान के ना से मैं क्या शायद हो सकना साडे आदिल भाई है मैं कोशिश की थी छपने नहीं तो कोलो भाई इरशाद भाई आई रहन तो फिर जुला अंदर असल है कि इतने नहीं जिंदगी इतनी मसरूफ है ना बिल्कुल बिल्कुल जी जी मुलाकात जल्दी हो वे या लेट हो ना हो ही जाए तो बस जड़ा ना कुछ ऐसे लोग भी है ना जिन्होंने लेट भी नहीं हो लेट हुई नहीं होनी बिल्कुल ये बाकी हम फिलहाल पानी पीने हैं जी बिस्मिल्लाह करो ये जनाब अली आबे जमजम है माशाल्लाह माशाल्लाह ये खाली तो पीना चाहिए ना मैं या बे तो किबला किधर है खाली क्या आखने लेकिन कुछ आखने अगर बे का पियो तो कोई ज्यादा इस तरफ इधर जी जी लेकिन अगर ज्यादा इस चीज के मुताबिक हम सबसे फॉलो संग कर रहे हैं बिस्मिल्लाह त्रिया स्वामी जी जी देखो ना
अच्छा इत है सुनान का के दोस्त ही खड़ा हुआ अच्छा ए दोस्त ही है मेरा जिसने नकाया आई डबल डबल खुशियां है क्या बात अच्छा सर ये जड़ी अजवा खजूर है ये सुदया बाकी खजूर नाल अफजल है जी ये शफा है सुजन शफा है जी जी माशाल्लाह अजवा खजूर मैं ना दे बहुत शफा है कौन ये कर और इसमें सलावा देखिया जी शाद भाई कि उसे मदीने जाओ तो खजूर इतनी ज्यादा बंदे लेके जाने फिर भी खत्म नहीं होगी इतनी बरकत है पानी जम जम जी जी पानी अच्छा इसी ला, या लाई छोड़ो या रखी छोड़ो बीच आवाज दे अच्छा नहीं दसो सफर कैसा रहा जनाब ना माशाल्लाह अच्छा तुसा जनाब इत्थों पाकिस्तान गए हो कितने दिन रहे हो और उत्थों मुड़े तुसा सऊदी अरेबिया वास्ते सफर कीता फिर वापस यूके आए हो ये सारा जड़ा ना सोना सफर कितने दिनों पर मुश्तमिल सी और सफर रहा कैसा आया गर्मी ना मौसम से ज्यादा माशाल्लाह बहुत जबरदस्त रहा था इतो मैंने पाकिस्तान पे गया तकरीबन उसे 3 वीक गुजारे फिर 3 वीक के बाद अप्लाई किया वीजे वास्ते उम्र पाकिस्तान हां वो उम्र ना वीजा होना एक होना के ट्रांजिट वीजा ठीक है ये ट्रांजिट वीजा नहीं मिला तो फिर मैं उम्र वास्ते अप्लाई किया फिर वो तकरीबन मुझे 90 डेज में मिला माशाल्लाह उम्र ना वीजा ते उत्तू फिर वो कजन होने मेरे उन्हें सारा प्रोसेस किया उम्र ना अप्लाई करना बना ऑनलाइन तो फिर तकरीबन मुझे 2 दिनों के बाद रिस्पांस आ गया अप्लाई करने के बाद मैसेज ये सारे डॉक्यूमेंटेशन जानी है फिर वो सब करने फिर कितने दिन असि मतलब कितने दिन रहे होता मेरे 3 दिन रहा 3 दिन ते एक दिन मक्का विच माशाल्लाह गुजारे मक्का एक दिन मदीना और एक दिन ट्रैवलिंग सफर तो माशाल्लाह बहुत जबरदस्त रहा था थोड़ी गर्मी थी टेम्परेचर अराउंड 40 सेंटीग्रेड तक सही है माशाल्लाह ओवरऑल माशाल्लाह बहुत जबरदस्त ठीक है दुआ में दसो उम्र थू पहले जी जी उठा जाने तो पहले उठा जाने तो उन बाद विच क्या डिफरेंस क्या महसूस करने हो अपनी जिंदगी च फीलिंग अप दौरान सुनिया काफी शहादत हुई तुसा की कोई तरह प्रॉब्लम तो नहीं फेस करनी पई तकरीबन हर नमाज में सुबह एक नमाज जनाजा वो तो है नॉर्मल है हर नमाज सुबह ठीक है ते असें पता नहीं होना किथे मतलब कौन सा फौरन जाना बहाली जनाजा हासिल करने में सुना बाकी स्टडी कैसी जा रही है जनाब ने अल्हम्दुलिल्लाह स्टडी कंप्लीट हो गई है कंप्लीट हो गई है कौन क्या रहना बाकी हूं बस जॉब कर रहे हैं डे टाइम मॉर्निंग शिफ्ट होनी मंडे टू फ्राइडे ठीक हो गया ते तुसा पहले रहे हो साडे उस इलाके विच लंदन वाले पासा हुन सा नोटिंगम मूव होयो मूव होने दी वजह कैसी बेसिकली से मेरा भाई होना अच्छा अपना भाई जी जी ठीक है ते नोटिंगम में अकोमोडेशन ने लिहाज नाल भी डिफरेंस आई है बहुत बेहतर है अकॉर्डिंग टू लंदन तो लंदन ही थोड़ा यूनिवर्सिटी सोनी हार्टफोर्ड शहर से जी जी यूनिवर्सिटी हार्टफोर्ड शहर ठीक ठीक लंदन में जे थोड़ा एक किस्म ना शोरगुल भी है इतने थोड़ा सुकून माहौल है ते ओवरऑल बहुत जबरदस्त है नहीं दसो इरशाद भाई ना पहली मुलाकात दसो नहीं इरशाद भाई ने पहली मुलाकात वैसे मुलाकात होनी नहीं रोज होनी लेकिन लाइव खाबे में के बस तो ये फिजिकली जड़ी होनी है वो सर फिजिकली है कहने हो जी जी बहुत शुक्रिया इरशाद भाई ना के इतना मतलब तुसा ने ਇਮਾਨਾ ਕਿ ਮੈਂ ਇਹ ਮੇਰੇ ਵਾਸਤੇ ਬਹੁਤ ਹੀ ਕਿਸਮ ਨੇ ਸਾਦਤ ਨਹੀਂ ਬਸ ਅਸਾਂ ਦੋਵਾਂ ਤੈਅ ਕੀਤਾ ਹੈ ਜਨਾਬ ਇਹ ਅਲੀ ਭਾਈ ਮਿਲਣ ਵਿੱਚ ਰਹਿਣਾ ਹੈ ਇਹਨਾਂ ਕੀ ਜੜਾ ਨਾ ਇੱਥੇ ਜਿਹੜਾ ਗੱਲ ਹੈ ਜੀ ਇਸ ਤਰ੍ਹਾਂ ਪਲਾਨ ਬਣਾਇਆ ਜਾਏ ਇਹ ਸ਼ਾਦ ਭਾਈ ਤੁਸੀਂ ਦੱਸੋ ਕਿ ਸਫ਼ਰ ਕਿਵੇਂ ਰਿਹਾ ਸਭ ਤੋਂ ਪਹਿਲਾਂ
ਅਲਹਮਦੁਲਿਲਾ ਜੀ ਸਫ਼ਰ ਤਾਂ ਬਹੁਤ ਅੱਛਾ ਰਿਹਾ, ਰਾਤ ਨੀਂਦਰ ਹੀ ਨਹੀਂ ਪਈ। ਐਕਸਾਈਟਮੈਂਟ ਨਾਲ ਹੈ ਇਸੇ ਖੁਸ਼ੀ ਜੀ ਇਸੇ ਖੁਸ਼ੀ ਜੀ ਜੀ ਅਸਲੀ ਡੇਲੀ ਗੱਲਬਾਤ ਹੋਣੀ ਰਹਿਣੀ ਨਾਲ ਅੱਜ ਤੱਕਿਆ ਫਸਟ ਟਾਈਮ ਹੈ ਨਾ। ਹਾਂਜੀ ਤੇ ਜਿਸ ਤਰ੍ਹਾਂ ਤੱਕਿਆ ਕਹਿ ਮਤਲਬ ਉਸੇ ਤਰੀਕੇ ਜਿਹੜਾ ਮੈਂ ਜਿਸ ਤਰ੍ਹਾਂ ਗੱਲਾਂ ਨਹੀਂ ਜਿਸ ਤਰ੍ਹਾਂ ਮੈਨੂੰ ਲੱਗਣਾ ਸੀ ਤਾਂ ਕਾਫੀ ਯਾਨੀ ਕਿ ਸੋਨਾ ਵੇਟ ਹੋ ਸੀ ਜਾਂ ਕਾਫੀ ਮਤਲਬ ਮੋਟੇ ਬਾਰੇ ਉਸ ਤਰ੍ਹਾਂ ਲੱਗੇ ਨਾ। ਠੀਕ ਹੈ ਫੋਟੋ ਲੈ ਸਮਾਰਟ ਹੋ ਜਾਂਦਾ ਜਿਹੜਾ ਨਾ ਯੰਗ ਲੱਗਣੇ ਹੋ ਤੇ ਜਿਹੜਾ ਨਾ ਵੀਡੀਓ ਵਿੱਚ ਫਜ਼ਾਇਰ ਹੈ ਉਹ ਚੀਜ਼ ਹੋਰ ਹੋਣੀ ਅੱਜ ਆ ਜਾ ਕੈਮਰਾ ਜਿਹੜਾ ਨਜ਼ਦੀਕ ਹੋਇਆ ਨਾ ਤਾਂ ਫਿਰ ਚਿਹਰਾ ਥੋੜਾ ਬੜਾ ਅਸ਼ਨਾ ਉਹ ਫਿਰ ਜਿਹੜਾ ਆਪੋ ਖੁਦ ਵੀਡੀਓ ਬਣਾਓ ਨਾ ਤੇ ਉਹ ਫਿਰ ਇਹ ਚੀਜ਼ ਜ਼ਿਆਦਾ ਹੋਣੀ ਹੈ ਜਿਹੜਾ ਨਾ ਅਗਰ ਦੂਆ ਬੰਦਾ ਬਣਾਉਣਾ ਮੈਂ ਤਾਂ ਫਿਰ ਥੋੜੀ ਜਿਹੜਾ ਨਾ ਬਿਲਕੁਲ ਅੱਜ ਆਸਾਨੀ ਹੋ ਜਾਣੀ। ਉਮਰਾ ਮੁਬਾਰਕ ਮਾਸ਼ਾਅੱਲਾ ਸ਼ੁਕਰੀਆ ਜੀ ਖੈਰ ਤੁਹਾਡਾ ਸਫ਼ਰ ਕਿਹਾ ਰਿਹਾ ਸੀ ਔਰ ਕਿਹਾ ਐਕਸਪੀਰੀਅੰਸ ਰਿਹਾ ਅਲਹਮਦੁਲਿਲਾ ਜੀ ਅੱਗੇ ਇਹਨਾਂ ਦੱਸਿਆ ਵੈ ਅਲੀ ਭਾਈ ਜੀ ਜੀ ਤੁਸਾਂ ਵੀ ਤਿਆਰੀ ਕਰਨੇ ਹੋ ਅੱਲਾਹ ਤਾਲਾ ਹਰ ਬੰਦੇ ਨੂੰ ਮੁਬਾਰਕ ਉਸ ਮੁਬਾਰਕ ਜਗ੍ਹਾ ਪਰ ਹਰ ਬੰਦੇ ਕੀ ਖੜਿਆ ਅੱਲਾਹ ਤਾਲਾ ਉੱਥੇ ਨਾ ਜੀ 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 ਤੇ ਇੱਕ ਐਸੀ ਜਿਹੜੀ ਹੈ ਨਾ ਫੀਲਿੰਗ ਹੈ ਕਿ ਜਿਹੜਾ ਬੰਦਾ ਗੱਲ ਵਿੱਚ ਨਹੀਂ ਦੱਸ ਸਕਣਾ ਕਿ ਹਾਲੇ ਕੁਝ ਤਾਂ ਅਸਾਂ ਦੱਸਣੇ ਆ ਆਵਾਜ਼ ਨਹੀਂ ਮਿਲਣਾ ਜੀ ਠੀਕ ਹੈ ਕੁਝ ਤਾਂ ਅਸਾਂ ਦੱਸਣੇ ਆ ਲੇਕਿਨ ਕੁਝ ਸਸਾਤ ਐਸੇ ਹੋਣੇ ਨਾ ਕਿ ਉਹ ਮੁਸ਼ਕਲ ਹੋਣੇ ਜਿਹੜਾ ਨਾ ਦੱਸਣੇ ਸਹੀ ਹੈ ਸਾਨੂੰ ਦੋ ਹਫ਼ਤੇ ਨਾ ਸੀ ਜੀ 16 ਦਿਨ ਨਾ 16 ਦਿਨ 16 ਦਿਨ ਨਾ ਸੀ ਜੀ ਚੁਰਾ ਦਿਆਂ ਥੋੜਾ ਦੇ ਬਿਸਮਿਲਲਾ ਜਨਾਬ ਮੁਲਤਾਨੀ ਹਲਵਾ ਨੋਟੀ ਕੰਮ ਵਿੱਚ ਹੀ ਹੈ ਮਾਸ਼ਾਅੱਲਾ ਇਹ ਉਹ ਤੋੜੂ ਆਇਆ ਹੈ ਇੱਥੋਂ ਲੈ ਕੇ ਆਇਆ ਉਹ ਕਰਾਚੀ ਤੋਂ ਜੀ ਜੀ ਇਹ ਕਰਾਚੀ ਨਾ ਨਹੀਂ ਇਹ ਇਹ ਮੁਲਤਾਨ ਮਤਲਬ ਸਾਡੇ ਉੱਥੇ ਆਪਣੇ ਏਰੀਆ ਏਰੀਆ ਦੇ ਲੋਕਲ ਉੱਥੇ ਜੇ ਸਹੀ ਨਹੀਂ ਤੇ ਉਹ ਫਿਰ ਮੁਲਤਾਨੀ ਹਲਵਾ ਥੋੜੀ ਦਰ ਹੋਈ ਜੋ ਮੁਲਤਾਨੀ ਹਲਵੇ ਵਿੱਚ ਮੁਲਤਾਨ ਨਾ ਕੋਈ ਆਇਆ ਕੋਈ ਮੁਲਤਾਨ ਨਾ ਜ਼ਿਕਰ ਟੈਸਟ ਮੇਰਾ ਨਾ ਬੰਨਾ ਮੁਲਤਾਨ ਹੈ ਨਾ ਕਿਹੜਾ ਫਜ਼ਲ ਹੈ ਨਾ ਕਿਹੜਾ ਕਾਫੀ ਪੁਰਾਣਾ ਇਹਨਾਂ ਨੇ ਪਹਿਚਾਣ ਹੈ ਮਾਈ ਜੀ ਫੇਮਸ ਹੈ ਠੀਕ ਹੋ ਗਿਆ ਤੇ ਬਾਕੀ ਜਨਾਬ ਨੇ ਕਿਹਾ ਮਸਰੂਫੀਆਤ ਨਾਲ ਮਤਲਬ ਇਹ ਵਲੋਗਿੰਗ ਜਾਂ ਯੂਟਿਊਬ ਜਿਹੜਾ ਇਹ ਤਾਂ ਸਾਡੇ ਸਾਹਮਣੇ ਹੀ ਹੈ ਤੇ ਮਤਲਬ ਅੱਜ ਛੁੱਟੀ ਸੀ ਕੰਮੇ ਸ਼ਮੇ ਪਰੋਂ ਜਾਂ ਸ਼ਾਲ ਭਾਈ ਜੀ ਮੈਂ ਕੰਮ ਜਿਹੜਾ ਨਾ ਉਹ ਪਾਰਟ ਟਾਈਮ ਕਰਨਾ ਫੁੱਲ ਟਾਈਮ ਨਹੀਂ ਜਿਹੜਾ ਨਾ ਸਹੀ ਹੈ ਠੀਕ ਹੈ ਤੇ ਆਪਣਾ ਅਲਹਮਦੁਲਿਲਾ ਬਿਜ਼ਨਸ ਹੈ ਸਮਾਲ ਕਾਰ ਬਿਜ਼ਨਸ ਹੈ ਜਿਹੜਾ ਠੀਕ ਹੈ ਤੇ ਓਲਡਮ ਐਸੋ ਤੁਸਾਂ ਤਾਂ ਫਿਰ ਇਨਸ਼ਾਅੱਲਾ ਤੂੰ ਕਿੰਨਾ ਟਾਈਮ ਲਗਾ ਤੁਸੀਂ ਨੋਟਿੰਗਮ ਪਹੁੰਚਣਾ 2 ਘੰਟੇ 2 ਘੰਟੇ 2 ਘੰਟੇ ਠੀਕ ਹੈ ਮਤਲਬ ਕੰਟਰੀ ਸਾਈਡ ਆਏ ਹੋ ਜਾਂ ਜਾਂ ਕੰਟਰੀ ਸਾਈਡ ਆਇਆ ਨਾ ਰਾਹ ਵਿੱਚ ਡੌਗਡੇਲ ਜਿਹੜਾ ਨਾ ਉੱਥੇ ਤਕਰੀਬਨ 2 ਘੰਟੇ ਮਾੜੇ ਉੱਥੇ ਜਿਹੜਾ ਨਾ ਅੱਛਾ 2 ਘੰਟੇ ਮੈਂ ਨਮਾਜ਼ ਫਜਰ ਪੜ੍ਹੀ ਤੇ ਅੱਛਾ ਫਜਰ ਤੋਂ ਫਜਰ ਦਾ ਟਾਈਮ ਨਿਕਲੇ ਪੜ੍ਹੀ ਜਾਂ ਫਜਰ 4:30 ਸੀ ਨਾ ਅੱਜ ਤਕਰੀਬਨ ਘੰਟਾ ਇੱਕ ਲੇਟ ਹੋ ਜਾਂ ਥੋੜੀ ਤਿਆਰੀ ਕਰਨੀ ਆ ਪਰ ਅਲਹਮਦੁਲਿਲਾ ਓਵਰਆਲ ਕਿੰਨੇ ਘੰਟੇ ਲੱਗੇ 2 ਘੰਟੇ 2 ਘੰਟੇ 2 ਘੰਟੇ 2 ਘੰਟੇ ਯਾਰ ਅਸਾਂ ਕੀ ਕਿਤਾ ਲਗਾ ਸੋ ਬਾਈ ਇੰਟਰਸਟਡ ਇੰਟਰਸਟਡ ਆਲਮੋਸਟ ਅਸਾਂ ਅਸੀਂ ਨਾ ਰੋਡ ਵਰਕ ਰਸਤੇ 15 ਸਪੀਡ ਸੀ ਨਹੀਂ ਮੇਰਾ ਵੀ ਉਸ ਤਰ੍ਹਾਂ ਜਿਹੜਾ ਨਾ ਟਾਈਮ ਅਸੀਂ 2 ਘੰਟੇ ਤੋਂ ਜ਼ਿਆਦਾ ਲੱਗਿਆ ਜ਼ਿਆਦਾ ਲੱਗੀ ਗਿਆ ਥੋੜਾ ਟਾਈਮ ਜਿਹੜਾ ਸਹੀ ਹੋ ਗਿਆ ਸਾਨੂੰ ਸਾਬਕਾ ਇਲਾਕਾ ਯੈਸਟਰਡੇ ਨਾਈਟ ਮੈਂ ਫਸਲ ਤੇ ਲੁੱਟਾਂ ਜੀ 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 ਉਹ ਆਪਣੇ ਕੈਸਰ ਬਾਈ ਕੈਸਰ ਨਾਮ ਹੈ ਉਹਨਾਂ ਮੇ ਲਿੰਕ ਭੇਜਿਆ ਸੀ ਹਾਂ ਮਿੰਗੀ ਉਹਨਾਂ ਬਾਰ ਕਿਹਾ ਸੀ ਮੈਂ ਇਸ ਵੀ ਥੋੜਾ ਉਹਨਾਂ ਮਿੰਗੀ ਐਂਡ ਟਾਈਮ ਤੇ ਗਿਆ ਉਹ ਕਹਿੰਦੇ ਨਾਲ ਜੇ ਤਾਂ ਮੈਂ ਗਿਆ ਹੁਣ ਬਿਲਕੁਲ ਆਖਰੀ ਟਾਈਮ ਤੇ ਆ ਤੇ ਤੁਸੀਂ ਵੀ ਲੇਟ ਹੋ ਜਾ ਸੋ ਕਿਉਂਕਿ ਇੱਥੇ ਇਸ ਨਾ ਸਾ ਅਗਲਾ ਸਾ ਦਾ ਕਾਲ ਦਾ ਬੈਠੂ ਜੀ ਜੀ ਤੇ ਮੈਂ ਫਲ ਹੋਈ ਤਕਰੀਬਨ 2 ਵਜੇ ਮੁੱਕੀ ਹੈ ਠੀਕ ਹੋ ਗਿਆ ਅੱਛਾ ਜੀ ਅਸਾਂ ਇੱਕ ਨੋਰਮਲ ਜਿਹੜੀ ਜ਼ਿੰਦਗੀ ਹੈ ਉਹ ਤਾਂ ਗੁਜ਼ਾਰਨਾ ਹੀ ਆ ਪਏ ਲੇਕਿਨ ਉਸਦੇ ਨਾਲ ਨਾਲ ਅਸਾਂ ਸ਼ੌਕੀਨ ਮਾਸ਼ਾਅੱਲਾ ਅਸਾਂ ਕੰਮ ਹੈ ਜਿਹੜਾ ਇਸ ਲਈ ਵੀ ਕੈਮਰਾ ਆਨ ਹੈ ਸਮਝਣੇ ਹੋ ਪਏ ਯੂਟਿਊਬ ਇਹ ਅਲੀ ਭਾਈ ਇਹਨਾਂ ਨਾਲ ਯੂਟਿਊਬ ਦਾ ਚੈਨਲ ਹੈ ਜੀ ਔਰ ਮਾਸ਼ਾਅੱਲਾ ਇਹ ਕੰਮ ਕਰਨੇ ਪਏ ਕਾਫੀ ਟਾਈਮ ਤੋਂ ਔਰ ਇਹ ਸਾਡੇ ਸੀਨੀਅਰ ਇਰਸ਼ਾਦ ਭਾਈ ਔਰ ਇਹਨਾਂ ਨਾਲ ਵੀ ਯੂਟਿਊਬ ਚੈਨਲ ਹੈ ਬੜੀਆਂ ਮਜ਼ੇ ਦੀਆਂ ਵੀਡੀਓ ਯਕੀਨ ਕਰੋ ਮੈਂ ਤੁਸੀਂ ਹਮੇਸ਼ਾ ਆਪਣੀ ਵੀਡੀਓ 'ਚ ਰੈਫਰੈਂਸ ਦੇਣਾ ਹੋਣਾ ਕਿ ਨੇਚਰ ਕੀ ਪਸੰਦ ਕਰਨ ਵਾਲੇ ਬੰਦੇ ਨੇ ਜਿਹੜੇ ਜਾਂ ਨੇਚਰ ਲਵਰਸ ਨੇ ਜਿਹੜੇ ਉਹ ਇਹਨਾਂ ਤੋਂ ਬਿਹਤਰ ਇਸ UK ਵਿੱਚ ਮੀਨੀ ਕੋਈ ਲੱਗਣਾ ਆਪਣੀ ਕਮਿਊਨਿਟੀ ਨਾਲ ਬੰਦਾ ਕੋਈ ਕੰਮ ਕਰਨਾ ਪਿਆ ਸੀ ਇਹਨਾਂ ਨੂੰ ਚੈਨਲ ਵੀ ਜ਼ਰੂਰ ਵਿਜ਼ਿਟ ਕਰੋ ਤੇ ਇਰਸ਼ਾਦ ਭਾਈ ਛੋਟਾ ਜਿਹਾ ਪੈਗਾਮ ਦੇ ਛੋੜੋ ਜਿਹੜੇ ਨਵੇਂ ਯੂਟਿਊਬਰਸ ਦੇ ਜਾਂ ਜਿਹੜੇ ਅਸ਼ਨਾ ਚਾਹੁੰਦੇ ਨੇ ਇਸ ਫੀਲਡ 'ਚ
ਉਹਨਾਂ ਵਾਸਤੇ ਕਿ ਇਹ ਫੀਲਡ ਹੈ ਜਿਹੜੀ ਇਸ ਨਾਲ ਚੁਣਾਵ ਕਰਨਾ ਔਰ ਉਸ ਤੋਂ ਬਾਅਦ ਇਸਨੇ ਵੀ ਕੁਝ ਹਾਸਲ ਆਇਆ ਜਾਂ ਨਹੀਂ ਛੋਟਾ ਜਿਹਾ ਪੈਗਾਮ ਜਿਹੜੇ ਨਏ ਯੂਟਿਊਬਰਸ ਜਿਸ ਐਜ਼ ਅ ਯੂਟਿਊਬਰ ਸਭ ਤੋਂ ਪਹਿਲਾਂ ਤਾਂ ਆਦਲ ਭਾਈ ਨਾਲ ਤੁਸਾਂ ਦਾ ਸ਼ੁਕਰਗੁਜ਼ਾਰ ਹਾਂ ਤੁਸਾਂ ਇਤਨੀ ਮੁਹੱਬਤ ਨਾਲ ਨਵਾਜ਼ਿਆ ਹੈ ਔਰ ਤੁਸਾਂ ਜੀ ਖਾਸ ਕਰ ਮਾਸ਼ਾਅੱਲਾ ਇਤਨੀ ਮਹਿਮਾਨ ਨਵਾਜ਼ੀ ਤੁਸਾਂ ਕੀਤੀ ਹੈ ਔਰ ਅਸਾਂ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂ ਤੋਂ ਗੱਲ ਕੀਤੀ ਹੈ ਕਿ ਉਹ ਸ਼ੱਕ ਨਾਲ ਇਹ ਮੁਲਾਕਾਤ ਲੇਟ ਹੋ ਗਏ ਠੀਕ ਹੈ ਲੇਕਿਨ ਇਹਨਾਂ ਨਾਲ ਜਿਹੜੀ ਨਿਸਬਤ ਲੱਗੀ ਹੈ ਉਮਰੇ ਨਹੀਂ ਲੇਕਿਨ ਬਸ ਜੀ ਆ ਤੱਕ ਤੁਸਾਂ ਨਾਲ ਮਤਲਬ ਮੈਸੇਜ ਵੀ ਗੱਲ ਕਰੀ ਨਾ ਸੀ ਉਹਨਾਂ ਸਾਲ ਹੋਈ ਗਿਆ ਨਾ ਜੀ ਜੀ ਲੇਕਿਨ ਅਲੀ ਭਾਈ ਇੱਕ ਸਬਬ ਬਣੇ ਜਦੋਂ ਤੁਸੀਂ ਗਏ ਹੋ ਤਾਂ ਅਸਾਂ ਅਕਸਰ ਜ਼ਿਕਰ ਕੀਤਾ ਜਿਹੜਾ ਦੂਏ ਨਾਲ ਜਿਹੜਾ ਗੁਫ਼ਤਗੂ ਹੋਈ ਹੈ ਕਿ ਜਲਦੀ ਅਸਾਂ ਮੁਲਾਕਾਤ ਕਰ ਸਾਂ ਠੀਕ ਹੈ ਇੱਕ ਸਬਬ ਬਣਿਆ ਬਾਕੀ ਜਿਹੜਾ ਤੁਸੀਂ ਪੈਗਾਮ ਆਖਿਆ ਉਹ ਇਹੀ ਹੈ ਕਿ ਕੰਮ ਕਰੋ ਯੂਟਿਊਬ ਉੱਪਰ ਲੇਕਿਨ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖੋ ਇੱਕ ਤਾਂ ਅਸਾਂ ਦਾ ਮਜ਼ਹਬ ਜਿਹੜਾ ਹੈ ਨਾ ਉਹ ਅਮਨ ਨਾਲ ਸਲਾਮਤੀ ਨਾਲ ਮਜ਼ਹਬ ਹੈ ਠੀਕ ਹੈ ਤੇ ਉਸਨੇ ਮੁਖਾਲਫ ਕੋਈ ਚੀਜ਼ ਅਸਾਂ ਨਾ ਕਰਾਂ ਠੀਕ ਹੈ ਫਿਰ ਅਸਾਂ ਪਾਕਿਸਤਾਨ ਖਿੱਤਾ ਆਜ਼ਾਦ ਕਸ਼ਮੀਰ ਉਸ ਨਾਲ ਵੀ ਜਿਹੜਾ ਨਾ ਲਿਹਾਜ਼ ਰੱਖਾਂ ਠੀਕ ਹੈ ਤੇ ਉਸ ਵਿੱਚ ਅੱਛੀਆਂ ਚੀਜ਼ਾਂ ਵੀ ਹੈ ਬੁਰੀਆਂ ਵੀ ਹੈ ਜ਼ਿਆਦਾ ਚੀਜ਼ਾਂ ਤਾਂ ਜਿਹੜੀਆਂ ਨਾ ਅਸਾਂ ਚੱਲ ਅਲਹਮਦੁਲਿਲਾ ਮੁਸਲਮਾਨ ਵਿੱਚ ਅੱਛੀਆਂ ਲੇਕਿਨ ਚੰਦ ਬੰਦੇ ਹੋਣੇ ਹਰ ਮਾਸ਼ਰੇ 'ਚ ਹੋਣੇ ਨੇ ਜੀ ਜੀ ਤੇ ਅਗਰ ਅਸਾਂ ਬੁਰੀ ਚੀਜ਼ ਕਿ ਸਾਹਮਣੇ ਆਉਂਦਾ ਨਾ ਤੇ ਅਸਾਂ ਨਾ ਮਕਸਦ ਹੋਵੇ ਇਸਲਾਹ ਠੀਕ ਹੈ ਇਹ ਨਹੀਂ ਕਿ ਹਰ ਚੀਜ਼ ਮਤਲਬ ਹੈ ਇਸ ਤਰ੍ਹਾਂ ਅਸਾਂ ਦੱਸਾਂ ਕਿ ਦੁਨੀਆ ਲਈ ਜਿਹੜਾ ਤੱਕਣ ਤਾਂ ਉਹ ਆਖਣ ਤੱਕੋ ਜੇ ਪਾਕਿਸਤਾਨ ਨੇ ਮਤਲਬ ਹਾਲਾਤ ਕਿਤਨਾ ਖਰਾਬ ਇਹ ਚੀਜ਼ ਪ੍ਰੈਜ਼ੈਂਟ ਕਰਨਾ ਹੈ ਹਾਂਜੀ ਇਹ ਚੀਜ਼ ਨਹੀਂ ਜਿਹੜਾ ਨਾ ਠੀਕ ਹੈ ਅਕਸਰ ਲੜਕੇ ਅੱਛੀ ਹਰ ਚੀਜ਼ ਦੱਸਣੇ ਲੇਕਿਨ ਚੰਦ ਹੈ ਨਾ ਉਹ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਉਹਨਾਂ ਦਾ ਮਕਸਦ ਇਹ ਨਹੀਂ ਹੋਣਾ ਕਿ ਅਸਾਂ ਆਪਣੇ ਮੁਲਕ ਕੀ ਜਿਹੜਾ ਨਾ ਬੁਰਾ ਉਸ ਨਾਲ ਤਸੱਵਰ ਪੇਸ਼ ਕਰਾਂ ਲੇਕਿਨ ਫਿਰ ਵੀ ਇਹ ਹੈ ਕਿ ਥੋੜ੍ਹਾ ਜਿਹਾ ਸਿੱਖਿਕ ਹੈ ਅਤੇ ਆਪਣੀ ਰਵਾਇਤ ਇਹਨਾਂ ਚੀਜ਼ਾਂ ਕੇ ਸਾਹਮਣੇ ਰੱਖੀ ਕੇ ਮਿਹਨਤ ਕਰੋ ਤੇ ਠੀਕ ਕਾਮਯਾਬੀ ਹੈ ਕਾਮਯਾਬੀ ਹੋ ਸੀ ਜਿਹੜਾ ਨਾ ਠੀਕ ਹੈ ਤੇ ਜਿਹੜਾ ਵੀ ਬੰਦਾ ਕਿਸੇ ਚੀਜ਼ ਵਿੱਚ ਜਾਣਾ ਨਾ ਉਹ ਤਿਆਰੀ ਨਾਲ ਠੀਕ ਹੈ ਅਸਾਂ ਕੋਈ ਵੀ ਕੰਮ ਜੀ ਅਗਰ ਇੱਕ ਬਿਲਡਿੰਗ ਬਣਾਉਣੀ ਆ ਤਾਂ ਪਹਿਲਾਂ ਅਸਾਂ ਇੱਕ ਬਜਟ ਅਸਾਂ ਨਾਲ ਸੀ ਠੀਕ ਹੈ ਹੋਰ ਦੁਨੀਆ ਨੇ ਕੰਮ ਨਾ ਦੁਕਾਨ ਬਾਸਾਂ ਉਹ ਵੀ ਤੇ ਇਹ ਯੂਟਿਊਬ 'ਚ ਮੈਂ ਤੱਕਿਆ ਕਿ ਅਕਸਰ ਲੜਕੇ ਜਿਹੜੇ ਨਵੇਂ ਹੋਣੇ ਨਾ ਉਹਨੇ ਇਸ ਚੀਜ਼ ਕੇ ਸਮਝਣੇ ਸ਼ੁਰੂ ਤੋਂ ਠੀਕ ਹੈ ਫਿਰ ਆਸਤਾ ਆਸਤਾ ਜਾ ਅਸਾਂ ਵੀ ਇਸੇ ਤਰੀਕੇ ਜਿਹੜਾ ਮਤਲਬ ਹੁਣ ਵੀ ਸਿੱਖਣ ਲੱਗੇ ਹਾਂ ਮੈਂ ਠੀਕ ਹੈ ਅਕਸਰ ਤੁਸਾਂ ਕੋਲੋਂ ਪੁੱਛਣਾ ਰਹਿਣਾ ਅਲੀ ਭਾਈ ਕੋਲੋਂ ਪੁੱਛਣਾ ਜ਼ੈਦ ਭਾਈ ਕੀ ਹਾਲ ਹੈ ਠੀਕ ਹੋ ਜ਼ੈਦ ਭਾਈ ਠੀਕ ਰਿਜ਼ਵਾਨ ਭਾਈ ਜ਼ੈਦ ਭਾਈ ਰਿਜ਼ਵਾਨ ਭਾਈ ਤੇ ਪੂਰੀ ਦਿਹਾੜੀ ਪੁੱਛਣਾ ਰਹਿਣਾ ਵਾ ਠੀਕ ਹੈ ਸਿੱਖਣ ਲੱਗੇ ਹਾਂ ਵਾ ਤੇ ਇਹ ਹੈ ਕਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਬਿਲਡਿੰਗ ਅਸਾਂ ਬਣਾਉਣੇ ਆ ਜਾਂ ਹੋਰ ਕੋਈ ਕੰਮ ਕਰਨੇ ਆ ਦੁਕਾਨ ਪਾਉਣੇ ਤੇ ਤਿਆਰੀ ਕਰਨੇ ਆ ਇਸ ਤਰ੍ਹਾਂ ਅਸਾਂ ਜਿਹੜਾ ਯੂਟਿਊਬ ਚੈਨਲ ਆਪਣਾ ਬਣਾਇਆ ਨਾ ਤੇ ਇਹ ਹੈ ਕਿ ਅਸਾਂ ਕੋਲ ਜਿਹੜਾ ਕੈਮਰਾ ਤੇ ਫੋਨ ਅੱਛਾ ਹੋਣਾ ਚਾਹੀਦਾ ਠੀਕ ਹੈ ਬਾਕੀ ਮਾਈਕ ਅਗਰ ਹੋ ਜਾਏ ਉਹ ਵੀ ਬਿਹਤਰ ਹੈ ਆਸਤਾ ਆਸਤਾ ਹੋਣਾ ਨਾ ਸ਼ੁਰੂ ਤੋਂ ਤਾਂ ਚਲੋ ਮੈਂ ਹੁਣ ਵੀਵੋ ਆਪਣੇ ਸ਼ੁਰੂ ਕੀਤਾ ਵੈ ਠੀਕ ਹੈ ਵੀਵੋ ਤੋਂ ਬਾਅਦ ਜਿਹੜਾ ਨਾ ਫਿਰ ਸੈਮਸੰਗ ਫਿਰ ਹੁਣ ਇਹ ਤ੍ਰੀਏ ਨੰਬਰ ਪਰ ਮੇਰਾ ਫੋਨ ਹੈ ਇਹ ਹੈ ਕਿ ਸ਼ੁਰੂਆਤ ਬਹੁਤ ਸ਼ੁਕਰੀਆ ਅਰਸ਼ਾਦ ਭਾਈ ਅਲੀ ਭਾਈ ਤੁਸਾਂ ਕਹਿ ਛੋਟਾ ਜਿਹਾ ਪੈਗਾਮ ਦੇਣਾ ਚਾਹੋ ਮਾੜੇ ਤੱਕਣੇ ਲਿਆ ਕਿ ਜਿਹੜੇ ਇਸ ਫੀਲਡ ਵਿੱਚ ਚਸ਼ਨਾ ਚਾਹੁਣ ਇੰਟਰਸਟਿਡ ਹੈ ਤੁਸਾਂ ਕਾਫੀ ਟਾਈਮ ਪਹਿਲੇ ਮੋਨੀਟਾਈਜ਼ ਚੈਨਲ ਰੱਖਿਆ ਮੁੜੀ ਉਸਕੀ ਕੋਈ ਗੜਬੜ ਹੋਈ ਹੁਣ ਤੁਸਾਂ ਦੁਬਾਰਾ ਤੋਂ ਕੋਸ਼ਿਸ਼ ਲੱਗੇ ਹੋ ਅੱਲਾ ਤਾਲਾ ਕਾਮਯਾਬੀ ਹੋਇਆ ਤਾਂ ਕਿਆ ਸਿੱਖਿਆ ਨੇ ਔਰ ਕਿਆ ਛੋਟਾ ਜਿਹਾ ਇੱਕ ਪੈਗਾਮ ਦੇਣਾ ਚਾਹੋ ਨਏ ਯੂਟਿਊਬਰਸ ਕੀ ਐਜ਼ ਅ ਯੂਟਿਊਬਰ ਬਿਲਕੁਲ ਪੈਗਾਮ ਤਾਂ ਸਭ ਤੋਂ ਪਹਿਲੇ ਤੁਸਾਂ ਭਾਈ ਰਾਣਾ ਬਹੁਤ ਸ਼ੁਕਰੀਆ ਆਦਲ ਭਾਈ ਔਰ ਇਰਸ਼ਾਦ ਭਾਈ ਜਨਾਬ ਸਾਡੇ ਤਹਿਸਾਨੇ ਬਰਾਏ ਛੋਟੇ ਜਿਹੇ ਜਨਾਬ ਨਹੀਂ ਨਹੀਂ ਮਹਿਲਾ ਪੂਰਾ ਗਏ ਛੋਟਾ ਜਿਹਾ ਪਤਾ ਉਹ ਮੇਰਾ ਜਿਹੜਾ ਸੀ ਤਕਰੀਬਨ ਮੋਨੇਟਾਈਜ਼ ਤੋਂ ਹੋ ਗਿਆ ਸੀ ਉਸ ਤੋਂ ਬਾਅਦ ਕੁਛ ਇਸ ਤਰ੍ਹਾਂ ਦਾ ਇਸ਼ੂ ਹੋਇਆ ਸੀ ਕਿ ਮੈਂ ਕੁਛ ਵੀਡੀਓ ਜਿਹੜੀ ਲਾਈ ਸੀ ਉਹ ਇੰਟਰਵਿਊ ਨੇ ਇੱਕ ਵੀਡੀਓ ਲਾਈ ਸੀ ਜਿਸਨੇ ਚ ਗੋਰਾ ਵੀ ਸੀ ਯਾਨੀ ਕਿ ਵਾਇਲੇਸ਼ਨ ਹੋਈ ਹੈ ਵਾਇਲੇਸ਼ਨ ਹੋਈ ਹੈ ਉਹ ਗੋਰਾ ਸੀ ਉਹ ਇੱਕ ਕੰਪਨੀ ਸੀ ਪੂਰੀ ਮਤਲਬ ਕਿ ਤੇ ਉਸਨੇ ਇੱਕ ਵਾਇਲੇਸ਼ਨ ਇਸ ਤਰ੍ਹਾਂ ਹੋਈ ਕਿ ਉਸਨੇ ਮੈਂ ਵੀਡੀਓ ਲਾਈ ਹੈ ਉਸ ਤੋਂ ਬਾਅਦ ਉਹ ਵੀਡੀਓ ਇੱਕਦਮ ਚੱਲ ਗਈ ਹੈ ਤਕਰੀਬਨ ਇੱਕ ਦਿਨ 'ਚ 1000 ਕ੍ਰਾਸ ਕਰ ਗਈ ਸੀ ਅੱਛਾ ਤਕਰੀਬਨ 4-5 ਹਜ਼ਾਰ ਤੇ ਗਈ ਹੈ ਤੇ ਉਹ ਵੀਡੀਓ ਜਿਹੜੀ ਹੈ ਨਾ ਸਟ੍ਰਾਈਕ ਹੋ ਗਈ ਉਸਕੀ ਡਿਲੀਟ ਹੋ ਗਿਆ ਤੇ ਉਸ ਤੋਂ ਬਾਅਦ ਮੇਰਾ ਚੈਨਲ ਜਿਹੜਾ ਸੀ ਬਿਲਕੁਲ ਇੱਕ ਕਿਸਮ ਨਾਲ ਸਸਪੈਂਡ ਹੋ ਗਿਆ ਸੀ ਤੇ ਵਾਚ ਟਾਈਮ ਬਿਲਕੁਲ ਡਿਲੀਟ ਚੈਨਲ ਨਾ ਕਿ ਇਸ ਵਾਰ ਲਰਨਿੰਗ ਸਕਿਲਸ ਸੀ ਉਹ ਪਹਿਲੇ ਦਾ ਇਸ ਉਹ ਤਾਂ ਖਾਲੀ ਬਲੀ ਤੇ ਹੁਣ ਜਿਹੜਾ ਚੈਨਲ ਬਣਾਇਆ ਦੁਬਾਰਾ ਇੱਕ ਵਲੋਗਿੰਗ ਟਾਈਪ ਹੈ ਤੇ ਮਿਗੀ ਸ਼ੌਕ ਵੀ ਹੈ ਵਲੋਗਿੰਗ ਨਾ
ਤੇ ਮਾਸ਼ਾਅੱਲਾ ਉਮਰੇ ਨੇ ਵੀਡੀਓ ਵੀ ਅਲੀ ਵਲੌਗਸ ਅਫੀਸ਼ੀਅਲ ਨਾਲ ਅਲੀ ਵਲੌਗਸ ਅਫੀਸ਼ੀਅਲ ਜੀ ਮਾਸ਼ਾਅੱਲਾ ਤੇ ਇਸ ਸਟੇਜ ਮੈਂ ਵੀ ਦੱਸੋ ਜਿਸ ਤਰ੍ਹਾਂ ਕਿ ਮੈਂ ਅਰਸ਼ਾਦ ਭਾਈ ਨਾਲ ਸੇਮ ਕੁਐਸਚਨ ਕੀਤਾ ਜੀ ਜੀ ਇਸ ਫੀਲਡ ਵਿੱਚ ਅਸ਼ਨੇ ਵਾਸਤੇ ਹੈ ਕਿਆ ਮੁਸ਼ਕਲਾਂ ਪੇਸ਼ ਅਸ਼ਨੀਆਂ ਇਹ ਵੋਇਲੇਸ਼ਨ ਹੈ ਜਿਹੜੀ ਇਹਦਾ ਸੋਨੇ ਹੱਥੀ ਚ ਹੈ ਨਾ ਕਿ ਸੋ ਬਿਲਕੁਲ ਬਿਲਕੁਲ ਹੈ ਮੁਸ਼ਕਲਾਂ ਕਿਆ ਪੇਸ਼ ਅਸ਼ਨੀਆਂ ਨਏ ਯੂਟਿਊਬਰਸ ਕੀ ਔਰ ਉਸਕੀ ਆਸਾਨੀ ਕਿਸ ਤਰ੍ਹਾਂ ਆਉਣੀ ਹੈ ਮਤਲਬ ਕਿਸ ਤਰ੍ਹਾਂ ਕੰਟੈਂਟ ਕ੍ਰੀਏਟ ਕਰਾ ਔਰ ਕਿਸ ਤਰ੍ਹਾਂ ਆਪਣੇ ਆਪ ਕੀ ਕਾਮਯਾਬ ਜਲਦ ਅਜ ਜਲਦ ਜਿਹੜਾ ਨਾ ਇਸ ਟਰੈਕ ਔਰ ਅੱਛੀ ਤਰ੍ਹਾਂ ਕਰਾ ਪਹਿਲੀ ਗੱਲ ਇਹ ਹੈ ਕਿ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਯੂਟਿਊਬ ਐਸੀ ਚੀਜ਼ ਹੈ ਜਿਹੜੀ ਤੁਸਾਂ ਕੋਲ ਟਾਈਮ ਮੰਗਣੀ ਹੈ ਜਿੰਨਾ ਟਾਈਮ ਦਿਓਗੇ ਜਿੰਨਾ ਟਾਈਮ ਸਪੈਂਡ ਕਰੋਗੇ ਯੂਟਿਊਬ ਤੇ ਉਤਨਾ ਤੁਹਾਡੇ ਵਾਸਤੇ ਬੈਸਟ ਉਹ ਇਹ ਹੈ ਕਿ ਤੁਸੀਂ ਕਿਸਮ ਨੇ ਅਗਰ ਕਰਨੇ ਹੋ ਤੁਸੀਂ ਉਸਕੀ ਪਾਰਟ ਟਾਈਮ ਰੱਖੋ ਠੀਕ ਹੈ ਪਾਰਟ ਟਾਈਮ ਇਸ ਤਰ੍ਹਾਂ ਰੱਖੋ ਕਿ ਤੁਸੀਂ ਅਗਰ ਜੌਬ ਕਰ ਰਹੇ ਹੋ ਤੁਸੀਂ ਫ੍ਰੀ ਟਾਈਮ ਤੇ ਵੀਡੀਓ ਬਣਾਓ ਔਰ ਉਸਨੇ ਇੱਕ ਟਾਈਮ ਕੱਢ ਕੇ ਉਸਨੇ ਵੀਡੀਓ ਐਡੀਟਿੰਗ ਕਰੋ ਐਵਰੀਥਿੰਗ ਤੁਸਾਂ ਕੋਲ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਅੱਛੀਆਂ ਇੱਕ ਤੁਹਾਡੇ ਕੋਲ ਮੋਬਾਈਲ ਫੋਨ ਹੋਣਾ ਚਾਹੀਦਾ ਅੱਛਾ ਠੀਕ ਹੈ ਦੂਸਰਾ ਤੁਸਾਂ ਕੋਲ ਕੰਟੈਂਟ ਅੱਛਾ ਹੋਣਾ ਚਾਹੀਦਾ ਔਰ ਦੂਸਰਾ ਤੁਸਾਂ ਦੀ ਬੋਲ ਚਾਲ ਆਵਾਜ਼ ਅੱਛੀ ਹੋਣੀ ਚਾਹੀਦੀ ਚਾਕਾ ਨਹੀਂ ਹੋਣਾ ਚਾਹੀਦਾ ਇਹ ਤਿੰਨ ਚੀਜ਼ਾਂ ਅਗਰ ਤੁਹਾਡੇ ਕੋਲ ਹੈ ਔਰ ਇੱਕ ਹੋਰ ਹੈ ਕਿ ਤੁਹਾਡੇ ਕੋਲ ਕੰਫੀਡੈਂਸ ਹੋਣਾ ਚਾਹੀਦਾ ਇਹ ਚੀਜ਼ਾਂ ਐਸੀਆਂ ਹੈ ਕਿ ਜਿਹੜੀਆਂ ਤੁਸਾਂ ਕੋਲ ਹਨ ਤੁਸੀਂ ਜਨਾਬ ਕੋਈ ਵੀ ਵੀਡੀਓ ਕਿਸੇ ਤਰ੍ਹਾਂ ਦੀ ਵੀਡੀਓ ਤੁਸੀਂ ਕ੍ਰੀਏਟ ਕਰ ਸਕਦੇ ਹੋ ਚਾਹੇ ਉਹ ਕਿਸੇ ਵੀ ਕੰਟੈਂਟ ਨਾਲ ਰਿਲੇਟਡ ਹੋ ਵਲੌਗਿੰਗ ਹੋ ਜਾਂ ਕੋਈ ਐਜੂਕੇਸ਼ਨ ਹੈ ਜਾਂ ਕੋਈ ਦੂਸਰੀ ਸਾਈਡ ਕਿਉਂਕਿ ਤੁਹਾਨੂੰ ਗੱਲ ਕੱਟਣ ਹੋਣੀ ਮਾਜ਼ਰ ਰੀਸੈਂਟਲੀ ਪਾਕਿਸਤਾਨ ਸਾਊਦੀ ਅਰੇਬੀਆ ਨੂੰ ਵਿਜ਼ਿਟ ਕਰੀ ਦਾ ਆਇਆ ਜੀ ਬਿਲਕੁਲ ਡੈਫੀਨਟਲੀ ਮੋਬਾਈਲ ਤੁਹਾਨੂੰ ਕੋਲ ਸੀ ਵਲੌਗਿੰਗ ਨਾਲ ਨਾਲ ਹੈ ਜੀ ਜੀ ਇੱਥੇ ਯੂਕੇ ਵਿੱਚ ਵੀ ਰਹੇ ਹੋ ਮੁੜੀ ਫਿਰ ਵਾਪਸ ਅਲਹਮਦੁਲਿਲਾ ਪਹੁੰਚੀ ਆਏ ਹੋ ਕਿਹੜੀ ਕੰਟਰੀ ਵਿੱਚ ਜਾਂ ਕਿਹੜੇ ਪਾਸੇ ਵਲੌਗਿੰਗ ਜ਼ਿਆਦਾ ਆਸਾਨ ਹੈ ਔਰ ਕਿਹੜੇ ਪਾਸੇ ਜ਼ਿਆਦਾ ਟਫ ਹੈ ਕੀ ਮਹਿਸੂਸ ਕੀਤਾ ਬੇਸਿਕਲੀ ਇੱਥੇ ਯੂਕੇ ਦੇ ਲਿਹਾਜ਼ ਨਾਲ ਦੇਖਿਆ ਜਾਏ ਤਾਂ ਇੱਥੇ ਇੱਕ ਕਿਸਮ ਨਾਲ ਤੁਸਾਂ ਕੋਲ ਇੱਕ ਪ੍ਰਾਈਵੇਸੀ ਹੋਣੀ ਕਿਸਮ ਨੇ ਤੁਸਾਂ ਲੋਕਾਂ ਨੇ ਕੋਈ ਐਸੇ ਲੋਕ ਹੋਣਾ ਜਿਹੜੇ ਤੁਸੀਂ ਇਹ ਨਹੀਂ ਚਾਹਣਾ ਕਿ ਸਾਡੀ ਫੇਸ ਆਵੇ ਉਸਨੇ ਵਿੱਚ ਅੱਛੇ ਪਾਕਿਸਤਾਨ ਇਹ ਚੀਜ਼ ਨਹੀਂ ਹੈ ਤੇ ਪਾਕਿਸਤਾਨ ਫ੍ਰੀ ਆਫ ਕਾਸਟ ਫ੍ਰੀ ਆਫ ਕੋਈ ਇਸਨੇ ਜ ਕਿਸੇ ਕਿਸਮ ਦਾ ਕੋਈ ਮੁਸ਼ਕਲਾਂ ਨਹੀਂ ਹੋਣੀ ਉੱਥੇ ਤੁਸਾਂ ਹਰ ਕਿਸਮ ਦੀ ਵੀਡੀਓ ਕ੍ਰੀਏਟ ਕਰ ਸਕਦੇ ਹੋ ਤੇ ਸਾਊਦੀ ਅਰੇਬੀਆ ਵੀ ਹੈ ਲੇਕਿਨ ਉੱਥੇ ਤੁਸੀਂ ਸਾਊਦੀਆ ਚ ਆ ਕੇ ਤੁਸਾਂ ਅਗਰ ਮੱਕੇ ਮਦੀਨੇ ਜਾਣੇ ਉੱਥੇ ਥੋੜਾ ਤੁਸਾਂ ਲਿਹਾਜ਼ ਕਰਨਾ ਪੈ ਸੀ ਕਿ ਉੱਥੇ ਥੋੜੇ ਸ਼ੁਰਤੇ ਹੋਣੇ ਉਹ ਇੱਕ ਕਿਸਮ ਨੇ ਵੀਡੀਓ ਕਈ ਜਗ੍ਹਾ ਅਲਾਓ ਨਹੀਂ ਕਰਨ ਦੇਣੇ ਤੇ ਉਹ ਕਈ ਵਾਰੇ ਹੋਣਾ ਕਿ ਬਹੁਤ ਜ਼ਿਆਦਾ ਪਬਲਿਕ ਹੋਣੀ ਹੈ ਬਹੁਤ ਜ਼ਿਆਦਾ ਫੀਲ ਹੋਣੀ ਹੈ ਉਸ ਵਜ੍ਹਾ ਤੋਂ ਵੀ ਤੁਸਾਂ ਵੀਡੀਓ ਡਿਫੀਕਲਟ ਬਹੁਤ ਈਜ਼ੀ ਨਾ ਬਣਾ ਸਕਣੇ ਠੀਕ ਹੋਈ ਹੈ ਓਵਰਆਲ ਐਕਸਪੀਰੀਅੰਸ ਮੇਰਾ ਪਾਕਿਸਤਾਨ ਬਹੁਤ ਅੱਛਾ ਰਿਹਾ ਠੀਕ ਹੈ ਅਲੀ ਬਾਈ ਐਨ ਇਰਸ਼ਾਦ ਬਾਈ ਬਹੁਤ ਸ਼ੁਕਰੀਆ ਇਹ ਛੋਟਾ ਜਿਹਾ ਜਿਸ ਜਣਾ ਨੇ ਇੰਟਰਵਿਊ ਟਾਈਪ ਗੱਪ ਸ਼ਪ ਹੋਈ ਹੈ ਬਾਕੀ ਹੁਣ ਅਸਾਂ ਇਨਸ਼ਾਅੱਲਾ ਅੱਗੇ ਵੀ ਜੋ ਵੀ ਹੈ ਕਵਰੇਜ ਕਰ ਸਾਂ ਇਸ ਵਲੌਗ ਕੀ ਹਾਲੇ ਮੈਂ ਇੱਥੇ ਐਂਡ ਨਾ ਕਰਨ ਲਗਾ ਜੀ ਜੀ ਤੇਰੇ ਸੋ ਨਾਲੋ ਨਾਲ ਇਨਸ਼ਾਅੱਲਾ ਤੇ ਮਿਲਨੇ ਆ ਅਸਾਂ ਕੀ ਇੱਕ ਵਾਰੀ ਫਿਰ ਠੀਕ ਹੈ ਜੀ ਜੀ ਜਨਾਬ ਜ਼ੋਹਰ ਨੇ ਨਮਾਜ਼ ਨਾਲ ਟਾਈਮ ਹੋਈ ਗਿਆ ਮਸੇ ਵਜ਼ੂ ਕੀਤਾ ਹੁਣ ਜੋਲਨੇ ਉਸ ਮਸਜਿਦ ਇੱਥੇ ਕੋਲ ਹੀ ਹੈ ਅਲੀ ਬਾਈ ਨੇ ਰਿਆਸ਼ ਨੇ ਕੋਲ ਅਤੇ ਜ਼ੋਹਰ ਨਮਾਜ਼ ਪੜ੍ਹਨੇ ਉਸ ਤੋਂ ਬਾਅਦ ਦੱਸਣੇ ਉਸ ਅੱਗੇ ਇਨਸ਼ਾਅੱਲਾ ਰਿਸੋ ਨਾਲੋ ਨਾਲ ਠੀਕ ਆਈ ਜਾਓ ਬਸ ਚਾਰ ਮਿੰਟ ਬਾਕੀ ਰਹਿਣਾ ਜੀ ਜੀ ਜਨਾਬ ਤਾਂ ਹੁਣ ਅਸਾਂ ਨੇ ਮਾੜੇ ਕਜ਼ਨ ਨੇ ਭਾਈ ਜੀ ਇਹ ਬੜੇ ਇਹਨਾਂ ਨਾਲ ਤਲਕ ਵੀ ਕੋਟਲੀ ਜ਼ਿਲ੍ਹਾ ਕੋਟਲੀ ਤਹਿਸੀਲ ਖੁਰੇਡੇ ਨਾਲ ਹੀ ਹੈ ਜਾਂ ਜ਼ਿਲ੍ਹਾ ਵੀ ਤਹਿਸੀਲ ਕੋਟਲੀ ਹੈ ਤਹਿਸੀਲ ਵੀ ਕੋਟਲੀ ਹੈ ਤਹਿਸੀਲ ਵੀ ਕੋਟਲੀ ਹੈ ਜੀ ਨੂਰਪੁਰ ਹੈ ਜੀ ਨੂਰਪੁਰ ਨਾਲ ਇਹਨਾਂ ਨਾਲ ਤਲਕ ਹੈ ਮਾੜੇ ਕਜ਼ਨ ਨੇ ਭਾਈ ਹੈ ਔਰ ਇਹਨਾਂ ਨਾਲ ਮੁਲਾਕਾਤ ਹੋਈ ਹੈ ਇੱਥੇ ਰਹਿਣੇ ਤਾਂ ਮੈਂ ਸੋਚਿਆ ਕਿ ਤੁਸਾਂ ਨੂੰ ਮੁਲਾਕਾਤ ਕਰਵਾਂ ਮੁਲਾਕਾਤ ਹੋਈ ਇਹਨਾਂ ਕੀ ਏਰੀਆ ਨਾਲ ਨੌਲੇਜ ਆਇਆ ਤਾਂ ਇਸ ਵੇਲੇ ਅਸਾਂ ਇਸ ਕਿਹੜੀ ਜਗ੍ਹਾ ਪਰ ਮੌਜੂਦ ਹਾਂ ਐਗਜ਼ੈਕਟਲੀ ਠੀਕ ਹੋਈ ਗਿਆ ਜ਼ਬਰਦਸਤ ਤਾਂ ਚਲੋ ਬਹੁਤ ਖੁਸ਼ੀ ਹੋਈ ਹੈ ਸੋਨਾ ਮੁਲਾਕਾਤ ਕਰੀ ਦਾ ਤਾਂ ਇਨਸ਼ਾਅੱਲਾ ਹੁਣ ਜ਼ਿੰਦਗੀ ਰਹੀ ਫਿਰ ਕੁਦਰਤ ਚੱਕਰ ਲਗਾ ਤਾਂ ਮਿਲਸਾਂ ਇਨਸ਼ਾਅੱਲਾ ਜੀ ਤਾਂ ਇਨਸ਼ਾਅੱਲਾ ਤਾਂ ਠੀਕ ਹੈ ਨਾ ਜੀ ਨਾ ਸਾਰੇ ਮਾਮਲਾ ਇਨਸ਼ਾਅੱਲਾ ਠੀਕ ਹੈ ਨਾ ਠੀਕ ਹੈ ਓਕੇ ਅੱਲਾ ਹਾਫਿਜ਼ ਜੀ ਜਨਾਬ ਅਸਾਂ ਨਮਾਜ਼ ਜ਼ੋਰ ਅਦਾ ਕਰਨ ਤੋਂ ਬਾਅਦ ਹੁਣ ਜਾ ਰਹੇ ਹਾਂ ਜੀ ਇੱਧਰ ਟਾਊਨ ਵਾਲੇ ਪਾਸੇ ਵਾਕ ਕਰਨ ਆ ਗਏ ਹਾਂ ਥੋੜ੍ਹੀ ਅਲੀ ਬਾਈ ਸਾਡੇ ਨਾਲ ਹੈ ਇਰਸ਼ਾਦ ਬਾਈ ਆਏ ਰਹੇ
ये कश्मीर ज्वेलर्स कोई शॉप बंद ही है वैसे ते उस सामने गड्डी खलाई है। मौसम जड़ा वो जबरदस्त है ते अदनान्स। अच्छा मदीना ट्रैवल ये सारी अपनी शॉप्स नली भाई अपनी कश्मीरी कम्युनिटी ज्यादा है या पाकिस्तानी कम्युनिटी ज्यादा अपने ज्यादा कश्मीरी कम्युनिटी बहुत ज्यादा है ज्यादा देखो देखो कश्मीर ने नाल ज्यादा तो नहीं नजर आती थे सही है ठीक 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 माशाल्लाह जी अल खैर ट्रैवल है शाद भाई यार भी आ रहे चलो जी जनाब जी असा आए हैं हूँ इतना थोड़ी वॉक करने हैं इरशाद भाई और अली भाई वीडियो बनाने पे कड़क चाय इतना नज़र आया जी ये काफ़ी वॉक करी तो आए हैं काफ़ी एशियन अपने शॉप्स हैं जी माशाल्लाह और ये जड़ा तुम्हें ट्रैक नज़र अच्छा पे इतों इतों ट्रैम गुजरनी है जी और इस पर गड्डिया भी गुजरनी साइड पर तक सकने माशाल्लाह बाकी तुम अगे चलने हूँ दसने जी बिल्डिंग है नज़र आई उसी तुम जल्द एसडा गया मैं उसने कॉल ही है सो बेसिकली इतनी असं वॉक करने पे लोकली जी जनाब देसी एक्सप्रेस चेक करो जी अली भाई असा की दसिया कि इतना जुलना है जी देसी एक्सप्रेस माशाल्लाह जी चेक करो हालांकि क्या सूरत हाल है ये असा देसी एक्सप्रेस ने अंदर मौजूद है जनाब अस्सलाम वालेकुम माशाल्लाह जी जी जनाब असा देसी एक्सप्रेस ना देसी एक्सप्रेस मौजूद है जी नोटिंगम और रोड कड़ी पर मौजूद है काफ़ी एशियन शॉप्स ने था अपने रेडफोर्ड रोड ठीक है जेडे बंदे पछाने और जिन्हें की पता उन्हें पता लगी जैसे हर असा नवे ही हैं बाकी इरशाद भाई मेरे नाल और अली भाई नाल और आसिम भाई नाल अली भाई इतना आता जी देसी एक्सप्रेस इंशाल्लाह जिसके आने का कि और चमकी भी है बाकी चलो बोर्ड अच्छा लगा अपनाने इरशाद भाई क्या आने भुख तो लगी है पर अली भाई तो आंदा बड़ी सोहनी जगह पर है जबरदस्त खाना इसे ते पता लग सी इंशाल्लाह जी जी चलो अच्छा खाना तो दसने जी जनाब खाना आई गया जी माशाल्लाह और ये ट्रे जड़ा ये हूँ पता नहीं बहुत ज्यादा ऑर्डर करी छोड़े अली भाई वैसे ये फुल तवा है इसमें ना आया जी फुल तवा माशाल्लाह चेक करो जनाब टेस्ट चेक करनी है क्या टेस्ट जी जनाब खाना आई गया जी और क्या ना जी इसमें फुल तवा ये फुल तवा जनाब ऑर्डर किया जी अली भाई साढ़े इसका चेक करो ये पूरा तवा है ये मेटल में ठीक है माशाल्लाह चेक करो जी शुक्रिया अदा करने वाकई फुल खाने तो बाद मिलने मजा सही है जी जनाब अस आए जी इतने तवे पर जड़ा ना इन्ना अपनी रौनक लाई है माशाल्लाह देसी एक्सप्रेस ने बाहर आई अच्छा मिक्स करने चिकन
ਸਾਰੀਆਂ ਚੀਜ਼ਾਂ ਮਿਕਸ ਹੋਣ ਹਾਂ ਸਾਰ ਇਹ ਡਿਪੈਂਡ ਹੋਣਾ ਕਸਟਮਰ ਨਾਲ ਕਿ ਉਹ ਕੜਕ ਪਸੰਦ ਕਰਨ ਸਾਡੇ ਅੱਛਾ ਅੱਛਾ ਤੇ ਇਹ ਦੱਸੋ ਕਿ ਤੁਸੀਂ ਕਿਹੜੇ ਟਾਈਮ ਖੋਲਣੇ ਹੁੰਦਾ ਬੰਦ ਕੇ ਲੈਟਰ ਅਸੀਂ 2 ਵਜੇ ਖੋਲਨੇ ਆ ਤੇ 10 ਵਜੇ ਬੰਦ ਕਰਦੇ ਹਾਂ ਠੀਕ ਹੈ ਸੱਤੇ ਦਿਨ ਕਿਹੜੇ ਟਾਈਮ ਹੈ ਜੀ ਹਾਂ ਰੱਖੇ 22 ਸਾਲ ਤੋਂ ਮਾਸ਼ਾਅੱਲਾ ਪਾਕਿਸਤਾਨ ਲਾਹੌਰ ਨੇ ਅਸਾਂ ਇਸ ਵੇਲੇ ਕਿਹੜੇ ਜਵਾਬ ਮੌਜੂਦ ਹਾਂ ਨੋਟਿੰਗਮ ਕਟ ਠੀਕ ਹੋਈ ਗਿਆ ਮਾਸ਼ਾਅੱਲਾ ਪਾਕਿਸਤਾਨ ਯਾਦ ਤਾਜ਼ਾ ਹੋਈ ਹੈ ਜੀ ਮਾਸ਼ਾਅੱਲਾ ਆਵਾਜ਼ ਸੁਣੀ ਸਹੀ ਹੈ ਜ਼ਬਰਦਸਤ ਬਹੁਤ ਸ਼ੁਕਰੀਆ ਜੀ ਅੱਛਾ ਅੱਛਾ ਮਾਸ਼ਾਅੱਲਾ ਅਸਾਂ ਲੁੱਟਣ ਤੋਂ ਆਇਆ ਸਪੈਸ਼ਲ ਜਨਾਬ ਔਰ ਇਨਸ਼ਾਅੱਲਾ ਸਾਡੇ ਵਿਊਵਰਸ ਤੱਕ ਸਨ ਸਾਡਾ ਵੀ ਯੂਟਿਊਬ ਚੈਨਲ ਹੈ ਬਲਕਿ ਸਾਰਿਆਂ ਬੰਦਿਆਂ ਨਾਲ ਇਨਸ਼ਾਅੱਲਾ ਤੁਸੀਂ ਵਿਜ਼ਿਟ ਕਰ ਸੋ ਤੇ ਬਹੁਤ ਮਜ਼ਾ ਆਇਆ ਖਾਣਾ ਖਾਈ ਮਜ਼ਾ ਆਇਆ ਇਹ ਭਾਈ ਲੋਕਲ ਹੈ ਵੈਸੇ ਇੱਕ ਤਾਂ ਇਹ ਹੈ ਕਿ ਖਾਣਾ ਵੀ ਤੁਹਾਨੂੰ ਸਾਨੂੰ ਪਸੰਦ ਆਇਆ ਤੇ ਦੂਆ ਇਹ ਹੈ ਕਿ ਤੁਸੀਂ ਆਪਣੇ ਸਾਹ ਕਸ਼ਮੀਰ ਆ ਮਾਸ਼ਾਅੱਲਾ ਕੋਟਲੀ ਨੇ ਹੋ ਅਸਾਂ ਵੀ ਕੋਟਲੀ ਸੰਗਰੋੜ ਦਾ ਨਾਮ ਮਾਸ਼ਾਅੱਲਾ ਮਾਸ਼ਾਅੱਲਾ ਅਸਾਂ ਖੁਰੇਟੇ ਨੇ ਆ ਅਸਾਂ ਨੇ ਬਿਲਕੁਲ ਕਰਨ ਦੀ ਗੱਲ ਹੋਈ ਜੀ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜੀ ਕੋਈ ਜਗ੍ਹਾ ਹੋਵੇ ਭੱਜਾਂ ਸਾਰੇ ਆਪਣੇ ਜੀ ਕੋਈ ਵੀ ਉਹ ਬਰਾਨੀ ਸਭ ਆਪਣੇ ਆ ਮਾਸ਼ਾਅੱਲਾ ਬਹੁਤ ਖੁਸ਼ੀ ਹੋਈ ਹੈ ਜੀ ਜਨਾਬ ਤੁਸੀਂ ਦੇਖ ਸਕਦੇ ਹੋ ਜੀ ਅਸਾਂ ਦੇਸੀ ਐਕਸਪ੍ਰੈਸ ਨੇ ਅੰਦਰ ਮੌਜੂਦ ਸਾਂ ਔਰ ਮਾਸ਼ਾਅੱਲਾ ਖਾਣਾ ਖਾਧਾ ਆ ਅਲਹਮਦੁਲਿਲਾ ਰੱਜੀ ਭਰੀ ਤਾਂ ਮਜ਼ਾ ਆਇਆ ਅਤੇ ਬਾਕੀ ਵੈਦਰ ਕਲਾਊਡੀ ਹੈ ਹਾਲੇ ਵੀ ਨਾ ਹੀ ਬਾਰਿਸ਼ ਅਤੇ ਨਾ ਹੀ ਧੁੱਪ ਜਨਾਬ ਐਸ ਡਨ ਸਾਹਮਣੇ ਆ ਜੀ ਇਸਦੀ ਲੋਕੇਸ਼ਨ ਹੈ ਜਿਹੜੀ ਹਾਂ ਬਿਲਕੁਲ ਜੀ ਜਨਾਬ ਮੈਂ ਇਸ ਤਰ੍ਹਾਂ ਦੇਸੀ ਐਕਸਪ੍ਰੈਸ ਪਰ ਮੌਜੂਦ ਹਾਂ ਜੀ ਔਰ ਲੁੱਟਣ ਤੋਂ ਅਸਾਂ ਸਪੈਸ਼ਲ ਆਇਆ ਖਾਣਾ ਖਾਣਾ ਇਸਦਾ ਫਸਟ ਟਾਈਮ ਔਰ ਯਕੀਨ ਕਰੋ ਮਜ਼ਾ ਆ ਗਿਆ ਜੀ ਆਊਟ ਆਫ 10 ਇਹਨਾਂ ਕਿ 10 ਨੰਬਰ ਦਿੱਤੇ ਜਾ ਸਕਣ ਇਨਸ਼ਾਅੱਲਾ ਇਹ ਤਵਾ ਹੈ ਜੀ ਟਕਾ ਟਕ ਇਸ ਟਕਾ ਟਕ ਇਹ ਮੈਂ ਟਰਾਈ ਕਰ ਲਾਂਗਾ ਤੇ ਸੋ ਤਕੜਾ ਆ ਠੀਕ ਹੈ ਜੀ ਜਨਾਬ ਬਾਕੀ ਅਸਾਂ ਖਾਣਾ ਖਾਧਾ ਜੀ ਤੇ ਹੁਣ ਇੱਥੇ ਬਾਹਰ ਹੀ ਖਲਤੇ ਹਾਂ ਦੇਸੀ ਐਕਸਪ੍ਰੈਸ ਨੇ ਬਾਹਰ ਤੇ ਇਹ ਟਰਾਮ ਜਨਾਬ ਵਾਲੀ ਗੁਜ਼ਰਨੀ ਪਈ ਹੈ ਸਾਹਮਣੇ ਤੁਸੀਂ ਤੱਕ ਸਕਦੇ ਹੋ ਇਹ ਬਿਜਲੀ ਪਰ ਚੱਲਣੀ ਹੈ ਜੀ ਔਰ ਤਾਰਾਂ ਲੱਗੀਆਂ ਨੇ ਉੱਪਰ ਤੱਕ ਸਕਦੇ ਹੋ ਤੇ ਬਾਕੀ ਅਸਲ ਵਿੱਚ ਸਟੋਰੀ ਕੁਝ ਇਸ ਤਰ੍ਹਾਂ ਨਹੀਂ ਹੋਈ ਹੈ ਕਿ ਅਸਾਂ ਖਾਣਾ ਖਾਣੇ ਤੋਂ ਬਾਅਦ ਮੁਲਾਕਾਤ ਕੀਤੀ ਹੈ ਭਾਈ ਹੋਰਾਂ ਨਾਲ ਦੇਸੀ ਐਕਸਪ੍ਰੈਸ ਇਹ ਭਾਈ ਹੋਰ ਆਪਣੇ ਇਲਾਕੇ ਨੇ ਜੀ ਕੋਟਲੀ ਖੁਰੇਟੇ ਨੇ ਜਿਨ੍ਹਾਂ ਨਾਲ ਬਿਜ਼ਨਸ ਕਾਰੋਬਾਰ ਹੈ ਔਰ ਉਹਨਾਂ ਨਾਲ ਮੁਲਾਕਾਤ ਹੋਈ ਹੈ ਉਹਨਾਂ ਅਸਾਂ ਕਿਹਾ ਹੈ ਕਿ ਤੁਸੀਂ ਅਸਾਂ ਚਾਹ ਪਲਾਈ ਦੇ ਪੈਸਾ ਹੁਣ ਚਾਹ ਤੋਂ ਬਗੈਰ ਅਸਾਂ ਨਾ ਜਾਣ ਦੇਣਗੇ ਅਤੇ ਹੁਣ ਚਾਹ ਬਣਨੀ ਪਈ ਹੈ ਸਾਡੇ ਇਸਤੇ ਤਾਂ ਅਸਾਂ ਹੁਣ ਵੇਟ ਕਰਨੇ ਪਏ ਹਾਂ ਮੈਂ ਚਲੋ ਥੋੜ੍ਹੀ ਵੋਕ ਕਰਨੇ ਹਾਂ ਅਤੇ ਤਾਂ ਕਿ ਖਾਣਾ ਹਜ਼ਮ ਹੈ ਅਤੇ ਬਹਰਹਾਲ ਇਹਨਾਂ ਨਾਲ ਖਲੂਸ ਹੈ ਜੀ ਕਿ ਨਾ ਆਇਆ ਚਾਹ ਤੋਂ ਬਗੈਰ ਹੁਣ ਅਸਾਂ ਨਾ ਜਾਣ ਦੇਣਗੇ ਸੋ ਚਾਹ ਦਾ ਇੰਤਜ਼ਾਰ ਹੈ ਚਾਹ ਪੀ ਤਾਂ ਫਿਰ ਇਸਕੀ ਐਂਡ ਕਰਸਾਂ ਇਨਸ਼ਾਅੱਲਾ ਜਨਾਬ ਆਪਣੇ ਭਾਈ ਹੋਰ ਕੋਟਲੀ ਖੁਰੇਟੇ ਨੇ ਜਿਹਨਾਂ ਦਾ ਤਾਰੁਫ ਮਟਕਾ ਟੀ ਨੇ ਓਨਰ
ਮਟਕਾ ਦੇਸੀ ਚਾਹੀ ਆ ਮਟਕਾ ਟੀ ਮਟਕਾ ਦੇਸੀ ਮਿੱਟੀ ਨੇ ਬਰਤਨੇ ਚ ਬਾਈ ਤੇ ਪੀਣਾ ਆਪਣਾ ਹੀ ਮਜ਼ਾ ਹੈ ਬਿਲਕੁਲ ਵਕਤ ਯਾਦ ਆਈ ਗਿਆ ਜਿਸ ਲੈ ਮਿੱਟੀ ਨੇ ਭਾਂਡੇ ਹੋਣੇ ਸਨ ਤੇ ਇਹ ਜਨਾਬ ਜਿਹੜੇ ਕੱਚਿਆਂ ਨੇ ਭਾਂਡੇ ਤੇ ਜਿਹੜੇ ਗਲਾਸ ਇਹ ਵਗੈਰਾ ਨਹੀਂ ਸਨ ਹੋਣੇ ਸ਼ੀਸ਼ੇ ਨੇ ਪਰ ਚਾਹ ਪੀਣੇ ਆ ਤੇ ਦੱਸਣੇ ਆ ਮੈਂ ਕੁੱਟ ਭਰਿਆ ਸਾਂ ਤਾਂ ਮਾਰੀ ਉੱਡਿਆ ਨਹੀਂ ਮਨਾਈ ਨਾ ਯਕੀਨ ਕਰੋ ਜੀ ਮਾੜਾ ਹੋਣਾ ਮੁਬਸ਼ਰ ਮਜ਼ਾ ਹੀ ਆ ਗਿਆ ਜੀ ਮਾਸ਼ਾਅੱਲਾ ਇਹ ਥੋੜ੍ਹੀ ਗਰਮ ਹਾਲ ਹੈ ਠੰਡੀ ਕਰਸਾਂ ਪਹਿਲਾਂ ਲੇਕਿਨ ਇਹ ਆ ਕਿ ਇਹ ਜਿਹੜਾ ਭਾਈ ਉਹਨਾਂ ਨੂੰ ਕਲੋਸ ਹੈ ਇੰਨਾ ਆਇਆ ਚਾਹ ਤੋਂ ਵਗੈਰਾ ਸਾਨੂੰ ਤਾਂ ਇੰਨਾ ਜਾਣ ਦੇਣਾ ਇਹ ਕਿ ਆਪਣੇ ਏਰੀਏ ਨੇ ਤੁਸੀਂ ਪਤਾ ਹੀ ਹੈ ਫਿਰ ਪ੍ਰਦੇਸ਼ ਵਿੱਚ ਜਿਹੜਾ ਕੋਈ ਆਪਣਾ ਮਿਲਣਾ ਦੱਸਦਾ ਉਹ ਜਿਹੜਾ ਹੋਣਾ ਨਾ ਕਹਿਣਾ ਜੀ ਉਸਕੀ ਆਪਣੀ ਕਮਿਊਨਿਟੀ ਨੇ ਲੋਕ ਠੀਕ ਹੈ ਔਰ ਖਾਣਾ ਜਿਹੜਾ ਹੈ ਮਾਸ਼ਾਅੱਲਾ ਜਿਹੜਾ ਫੁੱਲ ਤਵਾ ਖਾਧਾ ਅਸਾਂ ਮਜ਼ਾ ਹੀ ਆਈ ਗਿਆ ਜੀ ਯਕੀਨ ਕਰੋ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਜਨਾਬ ਤੁਸੀਂ ਤਾਂ ਕਿਹਾ ਜੀ ਸਾਰਾ ਕੁਝ ਅਸਾਂ ਅਲੀ ਬਾਈ ਨਾਲ ਮਿਲੇ ਹਾਂ ਮੁਲਾਕਾਤ ਕੀਤੀ ਹੈ ਉਮਰੇ ਦੀ ਮੁਬਾਰਕਬਾਦ ਦਿੱਤੀ ਹੈ ਇਰਸ਼ਾਦ ਬਾਈ ਨਾਲ ਮੁਲਾਕਾਤ ਹੋਈ ਹੈ ਔਰ ਆਸ਼ਨਿਆਂ ਰਸਤੇ ਵਿੱਚ ਵੀ ਰਿਕਾਰਡ ਕੀਤਾ ਉਸਨੂੰ ਸਫ਼ਰ ਤੱਕਿਆ ਸਾੜਾ ਅਤੇ ਇੱਥੇ ਅੱਛੀ ਤਾਂ ਖਾਣਾ ਖਾਧਾ ਆ ਦੇਸੀ ਐਕਸਪ੍ਰੈਸ ਵਿੱਚ ਔਰ ਆਪਣੇ ਬੰਦੇ ਨੇ ਆਪਣੇ ਇਲਾਕੇ ਨੇ ਅਤੇ ਇੰਨਾ ਚਾਹ ਵੀ ਪਿਲਾਈ ਹੈ ਹੁਣ ਅਤੇ ਚਾਹ ਪੀ ਤਾਂ ਹੁਣ ਅਸਾਂ ਵਾਪਸੀ ਦੀ ਤਿਆਰੀ ਕਰਨ ਹੈਗੇ ਇਨਸ਼ਾਅੱਲਾ ਤਕਰੀਬਨ 2 ਤੋਂ 2.5 ਘੰਟੇ ਦਾ ਸਫ਼ਰ ਹੈ ਵਾਪਸ ਆਪਣੇ ਘਰ ਵਾਸਤੇ ਮੌਸਮ ਵੀ ਕਲਾਊਡੀ ਹੈ ਸੁਬਹਾ ਨਹੀਂ ਹਰੇ ਸਤ ਰਹੀ ਹੈ ਘਰੋਂ ਤਾਂ ਵੈਸੇ ਧੁੱਪ ਸੀ ਤਾਂ ਵੀਡੀਓ ਤੁਸੀਂ ਫੁੱਲੀ ਵਾਚ ਕੀਤੀ ਹੈ ਇਸ ਵਾਸਤੇ ਬਹੁਤ ਸ਼ੁਕਰੀਆ ਜਾ ਕੱਲਾ ਤੁਸੀਂ ਟਾਈਮ ਕੱਢੀ ਤਾਂ ਵੀਡੀਓ ਤੱਕ ਹੀ ਹੈ ਅਗਰ ਤੁਸੀਂ ਮਾੜੇ ਚੈਨਲ ਪਰ ਨਵੇਂ ਹੋ ਤਾਂ ਲਾਜ਼ਮੀ ਸਬਸਕ੍ਰਾਈਬ ਕਰੀ ਜੋੜੋ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਵੀ ਆਇਆ ਐਂਡ ਟਿਕਟੋਕ ਮਾੜਾ ਅਕਾਊਂਟ ਵੀ ਆਇਆ ਲਾਲਾ ਜੀ ਵਲੋਗਸ ਦੇ ਨਾਲ ਨਾਂ ਨਾਲ ਹੀ ਹੈ ਸਾਰਾ ਕੁਝ ਆਜ਼ਾਦ ਬਈਆਂ ਸਕਰੀਨ ਲੋਕ ਕਰਿਆ ਕਰੋ ਅੱਛਾ ਜੀ ਜਨਾਬ ਤੁਸਾਂ ਮੁਲਾਕਾਤ ਆ ਜੋਈ ਹੈ ਜਨਾਬ ਆਪਣੇ ਪਿਆਰੇ ਭਾਈ ਪਿਆਰੇ ਦੋਸਤ ਜਿਹੜੇ ਓਲਡਮ ਥੂ ਇੱਥੇ ਆਏ ਨੋਟਿੰਗਮ ਨੇ ਵਿੱਚ ਇਰਸ਼ਾਦ ਬਾਈ ਔਰ ਅਲੀ ਬਾਈ ਅੱਜ ਹੋਸਟ ਸਨ ਇਹਨਾਂ ਸਰਵ ਕੀਤਾ ਜੀ ਔਰ ਦਿਨ ਪੂਰਾ ਗੁਜ਼ਰੀ ਗਿਆ ਆਲਮੋਸਟ ਠੀਕ ਹੈ ਹੁਣ ਐਂਡ ਹੈ ਅਸਰ ਹੋਣੇ ਲਈ ਹੈ ਹੁਣ ਵਾਪਸੀ ਦੀ ਤਿਆਰੀ ਹੈ ਇਰਸ਼ਾਦ ਬਾਈ ਕੀ ਵੀ ਤਕਰੀਬਨ 2 ਘੰਟੇ ਲੱਗ ਸਨ ਵਾਪਸ ਪਹੁੰਚਣੇ ਤੱਕ ਔਰ ਮਾੜੇ ਵੀ 2-2.5 ਘੰਟੇ ਦਾ ਸਫ਼ਰ ਹੈ ਇੱਥੋਂ ਵਾਪਸ ਲੁੱਟਣ ਤੱਕ ਯਾਨੀ ਕਿ ਸੰਟੋਲਬਨ ਤੱਕ ਅਤੇ ਬਾਕੀ ਅਲੀ ਬਾਈ ਬਹੁਤ ਸ਼ੁਕਰੀਆ ਜੀ ਤੁਸੀਂ ਬੜਾ ਮਹਿਮਾਨ ਨਵਾਜ਼ੀ ਔਰ ਜਿਸ ਕਿਹਾ ਨਾ ਕਿ ਬਹੁਤ ਜ਼ਬਰਦਸਤ ਤਰੀਕੇ ਨਾਲ ਤੁਸੀਂ ਸਰਵ ਕੀਤਾ ਔਰ ਜਿਸ ਕਿਹਾ ਨੂੰ ਖਿਦਮਤ ਕੀਤੀ ਹੈ ਯਾਦ ਰਹੀ ਇਰਸ਼ਾਦ ਬਾਈ ਸਾਨੂੰ ਵੀ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਟਾਈਮ ਕੱਢਿਆ ਖਿਦਮਤ ਨਹੀਂ ਹੋ ਸਕੀ ਤੁਸੀਂ ਨਹੀਂ ਅਤੇ ਦਿਲ ਨਹੀਂ ਕਰਨਾ ਤੁਹਾਨੂੰ ਮਤਲਬ ਤੁਹਾਨੂੰ ਇਜਾਜ਼ਤ ਦੇਣੇ ਨਾ ਮੈਂ ਤਾਂ ਇੱਥੇ ਹੀ ਰਹੋ ਸੁਬਹਾ ਇਨਸ਼ਾਅੱਲਾ ਨਿਕਲ ਵੀ ਰਿਹਾ ਥੋੜ੍ਹਾ ਹੋਰ ਚੀਜ਼ ਕੰਮਾਂ ਨੇ ਮਾਮਲਾਤ ਹੋਣੇ ਫਿਰ ਮੈਚ ਵੀ ਆਇਆ ਤਾਂ ਚਲੋ ਕੰਮ ਜੀ ਅਲੀ ਭਾਈ ਮਾੜੀ ਤਰਫੋਂ ਵੀ ਬਹੁਤ ਜ਼ਿਆਦਾ ਸ਼ੁਕਰੀਆ ਤੁਸਾਂ ਦਾ ਅਤੇ ਤੁਸੀਂ ਆਉਣੇ ਹੋ ਇੱਥੇ ਰਹੋ ਅਤੇ ਫਿਰ ਅਸਾਂ ਮਹੀਨਾ ਪੂਰਾ ਇੱਥੋਂ ਜਾਣਾ ਕੌਣ ਹੈ ਜਿਹੜਾ ਤੁਸੀਂ ਮਿਲਣਾ ਕਿ ਮਿਲਣਾ ਕਿ ਦੋ ਮਿਲੇ ਆ ਰਹੇ ਕੋਈ ਮਸਲਾ ਨਹੀਂ ਸਰ ਬਿਲਕੁਲ ਜੀ ਤੇ ਦੁਆ ਕਰੋ ਪਰ ਜੀ ਬਹੁਤ ਜ਼ਿਆਦਾ ਮਹਿਮਾਨ ਨਵਾਜ਼ੀ ਨਾ ਕੀਤੀ ਹੈ ਜੀ ਅਤੇ ਕਾਫੀ ਦੂਰ ਤੋਂ ਮੈਂ ਮੈਨਚੈਸਟਰ ਤੋਂ ਆਇਆ 2 ਘੰਟੇ ਲੱਗੇ ਨੇ ਇੰਨਾ ਕਿ 2.5 ਘੰਟੇ ਲੱਗੇ ਨੇ ਅਤੇ ਦੋਸਤੋ ਮੈਂ ਇਹ ਗੱਲ ਆਖਾਂ ਕਿ ਜ਼ਿੰਦਗੀ ਬੜੀ ਮੁਕਤਸਰ ਹੈ ਅਤੇ ਅਸਾਂ ਜਿਹੜਾ ਆਖਣੇ ਰਹਿੰਦੇ ਹਾਂ ਕਿ ਮਿਲਸਾਂ ਮਿਲਸਾਂ 6 ਮਹੀਨੇ ਗੁਜ਼ਰ ਸਕਣੇ ਸਾਲ ਵੀ ਅਤੇ ਇਸ ਤਰ੍ਹਾਂ ਇਨਸ਼ਾਅੱਲਾ ਆਖੋ ਜਿਹੜਾ ਇਰਾਦਾ ਹੋਵੇ ਕਿ ਅਸਾਂ ਹੁਣ ਜਾਣਾ ਵੀ ਆਇਆ ਠੀਕ ਹੈ ਕੋਸ਼ਿਸ਼ ਕਰੋ ਪੱਕੀ ਅਤੇ ਕੋਈ ਨਾਮੁਮਕਿਨ ਨਹੀਂ ਹੋਣਾ ਠੀਕ ਹੈ ਅਤੇ ਅਲਹਮਦੁਲਿਲਾ ਮੇਰੀ ਜ਼ਿੰਦਗੀ ਨੇ ਜਿਹੜੀ ਹੈ ਪਹਿਲੀ ਮੁਲਾਕਾਤ ਹੈ ਆਦਿਲ ਭਾਈਆਂ ਨਾਲ ਵੀ ਇਹਨਾਂ ਨਾਲ ਵੀ ਅਤੇ ਆਸਫ ਭਾਈ ਜਿਹੜਾ ਨੇ ਇਹਨਾਂ ਨਾਲ ਵੀ ਦਿਨ ਬਹੁਤ ਅੱਛਾ ਠੀਕ ਹੈ ਬਹੁਤ ਅੱਛਾ ਸਾਡਾ ਦਿਨ ਗੁਜ਼ਰਿਆ ਹੋਇਆ ਗੱਲਾਂ ਪਾਉਣ ਤਾਂ ਲੇਕਿਨ ਸਭ ਤੋਂ ਬੜੀ ਇਹ ਗੱਲ ਹੈ ਕਿ ਬਸ ਜਿਹੜਾ ਨਾ ਪਿਆਰ ਮੁਹੱਬਤ ਵੰਡੋ ਜਿੱਥੇ ਤੱਕ ਵੰਡੀ ਸਕਦੇ ਹੋ ਅੱਲਾਹ ਤਾਲਾ ਖੈਰ ਕਰਨ ਸਾਰਿਆਂ ਨੇ ਬਿਲਕੁਲ ਜੀ ਬਾਕੀ ਵੀਡੀਓ ਤੱਕ ਸੋ ਇਰਸ਼ਾਦ ਬਾਈ ਨੇ ਚੈਨਲ ਪਰ ਇਰਸ਼ਾਦ ਓਲਡਮ ਔਰ ਲਾਲਾ ਜੀ ਵਲੋਗਸ ਐਂਡ ਅਲੀ ਵਲੋਗਸ ਆਫੀਸ਼ੀਅਲ ਨੇ ਚੈਨਲ ਪਰ ਵੀਡੀਓਜ਼ ਮਿਲਸਨ ਸਿੰਘ ਅਤੇ ਤੁਸੀਂ ਪਤਾ ਲੱਗ ਸੀ ਕਿ ਅੱਜ ਅਸਾਂ ਜਨਾਬ ਅਲੀ ਕਿਆ ਐਕਟੀਵਿਟੀਜ਼ ਰਹੀਆਂ ਅੱਜ ਨੇ ਦਿਨ ਨਹੀਂ ਆ ਅਤੇ ਬਾਕੀ ਇੱਕ ਵਾਰੀ ਫਿਰ ਬਹੁਤ ਸ਼ੁਕਰੀਆ ਤੁਸਾਂ ਨਾਲ ਤੁਸੀਂ ਵੀਡੀਓ ਫੁੱਲੀ ਵਾਚ ਕੀਤੀ ਹੈ ਅਤੇ ਬਹੁਤ ਸ਼ੁਕਰੀਆ ਤੁਹਾਨੂੰ ਦੋਵਾਂ ਦੋਸਤਾਂ ਨਾਲ ਵੀ ਅਤੇ ਖੁਦਾ ਹਾਫਿਜ਼ ਕਰੋ ਜੀ 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 ਬਹੁਤ ਸ਼ੁਕਰੀਆ ਜਨਾਬ ਬਿਲਕੁਲ ਬਿਲਕੁਲ ਇਹੀ ਹੈ ਕਿ ਇਜਾਜ਼ਤ ਮਤਲਬ ਦੇਣੇ ਨਾ ਦਿਲ ਨਹੀਂ ਕਰਨਾ ਪਿਆ ਮੈਂ ਕਿੱਥੇ ਹੀ ਰਹੋ ਗੱਲਾਂ ਸ਼ੱਲਾਂ ਕਰਨੇ ਆਪਸ ਵਿੱਚ ਕਹਿਣੇ ਜਿਸ ਤਰ੍ਹਾਂ ਗਰੁੱਪਾਂ 'ਚ ਗੱਲਾਂ ਕਰ ਰਹੇ ਨੇ ਹੁਣ ਅੱਜ ਫਿਜ਼ੀਕਲੀ ਮਿਲਿਆ ਮੈਂ ਕਿ ਬਹੁਤ ਸਕੂਨ ਨਹੀਂ ਕਿਸਮ ਨਾਲ ਬੜਾ
سکون ہے کہ ملاقات کرنے نا ایک الگ ہی کہنے کی ایک ویو ہونا پر ہن اے نہ کہ ایک دو تری دکاناں ایتھے بڑی سونی رستہ بڑا سونا ہلے تے سٹی نے پورا ویو نہیں کیتا یہ ہلے سٹی ہلے شاید بھائی اساں روٹی کم سٹی تک ہی کو نہیں ہلے سٹی نہیں نہ تکی تائیں پھر مہینے نہ آکھیا نا مہینہ پورا ایتھے مکان رینٹ پر لبھی جسی جی جی انشاءاللہ اچھا ایتھے ایتھے ہی رہو سارے دگلی جگہ آخری جڑا چھوٹا جا رینٹ نہ کیسا ہوتا ہے اگر 3 بیڈ روم کتنے تک رہ جائے تھا 2 بیڈ روم تقریبا 800 تک مل جائیں نہیں یہ مہنگائی اساں تو سانہ رہ سان یہ پائرن سن 300 لبھی جانا 2 بیڈ روم اے انہاں نے دو ریج لبھی نہیں اس دو ریج تھا اور یہ رہ گیا 2 بیڈ روم مین کے اس میں کچن اور ٹوائلٹ ٹھیک ہو گیا تے ٹھیک ہے سارا لالی بھائی میں 800 دینا کونا کوشش کرو تو سارا کچھ ہو جانا زندگی نہیں پہلی ملاقات سی اور اس طرح اسا اج دن گزارا کہ اے بھی انہوں نکے نکے ہون لگے نہیں یرا مطلب ہے نہ جاؤ ایک طریقہ ہونا پیار محبت نہ ورنہ کوئی گل نمی نہیں ہونی بالکل کہ نہیں مصروف ترین زندگی جو ٹائم کرنا سب تو بڑا مشکل کام ہے جی لیکن ناممکن کوئی نہیں علی بھائی پر آخری پر میسج دے جڑو بالکل میسج یہی ہے سر سارے واسطے کہ ٹائم کڈو زندگی نہ کوئی پتہ نہیں ہے جی اپنی فیملی نہ اسپیشلی ٹائم سپینڈ کرو اور اپنے دوستاں نال جڑے مخلص دوست ہیں اسپیشل تے ایک گروپ ہی سارا مخلص والا ہے تے اسا اپس وچ جے ٹائم جڑا سپینڈ کیتا اللہ پاک سارا مطلب کہ ٹائم سپینڈ کرنا اپنے برگا کو بہت شکریہ اج ہویا کام تمام اوکے اللہ حافظ اللہ حافظ